ਉਹ ਰੱਬ ਭਲਾ ਕਰੇ, ਹਲੇ ਤਾਂ ਬੜੀ ਮੁਸ਼ਕਲ ਕੈਨੇਡਾ ਨੂੰ ਕੈਨੇਡਾ ਕਹਿਣਾ ਸਿੱਖਿਆ ਬਾਈ ਜੀ, ਤਾਂ ਤੁਸੀਂ ਇਹ ਨਵੇਂ ਪੰਗੇ 'ਚ ਫਸਾਈ ਜਾਂਦੇ ਹੋ। ਹੁਣ ਤੁਹਾਨੂੰ ਕੀ ਪਤਾ, ਮੇਰੇ ਤਾਂ ਏਅਰਪੋਰਟ 'ਤੇ ਇੰਗਲਿਸ਼ ਬੋਲਦੇ ਹੋਏ ਸਾਹ ਸੁੱਕਦੇ ਸੀ। ਗੋਰੀ ਬੋਲ ਇੰਗਲਿਸ਼ ਅਤੇ ਮੈਂ ਪੰਜਾਬੀ, ਮੈਨੂੰ ਪਤਾ ਮੈਂ ਗੋਰੀ ਨੂੰ ਕਿੱਦਾਂ ਸਾਂਭਿਆ। ਅਮ੍ਰਿਤ, ਮੈਨੂੰ ਆਫਿਸ 'ਚ ਕੰਮ ਸੀ ਤਾਂ ਨਹੀਂ ਮੇਰੇ ਕੋਲ ਆਇਆ। ਨਾਲੇ ਤੂੰ ਟੈਨਸ਼ਨ ਕਿਉਂ ਲੈਂਦਾ, ਜਿਹੜੀ ਕੁੜੀ ਨੂੰ ਪੈਸੇ ਦੇਣੇ ਨਾ ਉਹਨੂੰ ਪੰਜਾਬੀ ਆਉਂਦੀ ਹੈ। ਅੱਛਾ, ਇੰਗਲਿਸ਼ 'ਚ ਬੋਲਣ ਦੀ ਲੋੜ ਨਹੀਂ, ਸਿੱਧੀ ਪੰਜਾਬੀ 'ਚ ਗੱਲ ਕਰੀ। ਪੰਜਾਬੀ ਆਉਂਦੀ ਹੈ? ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਬਾਈ ਜੀ। ਤੁਸੀਂ ਟੈਨਸ਼ਨ ਲਓ, ਤੁਸੀਂ ਕਹਿ ਤਾ ਮੈਂ ਕਰ ਦੂੰਗਾ। ਚੰਗਾ ਬਾਈ ਜੀ, ਆਪਾਂ ਸ਼ਾਮਾਂ ਨੂੰ ਮਿਲਦੇ ਹਾਂ। ਹਾਂਜੀ। ਜੱਗੀ ਬਾਈ, ਆ ਕਿੱਥੇ ਪੈਸੇ ਵੰਡੀ ਜਾਂਦਾ? ਉਹ ਯਾਰ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਤਾਂ ਇੱਕ ਮੇਰਾ ਮਿੱਤਰ ਹੈਗਾ, ਉਹਦੀ ਕੁੜੀ ਐਜ਼ ਅ ਸਟੂਡੈਂਟ ਇੱਥੇ ਪੜ੍ਹਨ ਆਈ ਹੈ, ਅਤੇ ਇਹ ਪੈਸੇ ਉਹਦੇ ਲਈ ਹੈ। ਆ ਫਿਰ ਮੁੰਡਾ ਕੌਣ ਸੀ? ਉਹ ਮੁੰਡਾ ਤਾਂ ਮੇਰਾ ਪੇਂਡੂ ਆ, ਅਤੇ ਨਾਲੇ ਹਜੇ ਕੱਲ੍ਹ ਹੀ ਇੰਡੀਆ ਤੋਂ ਆਇਆ, ਅਤੇ ਤੈਨੂੰ ਸ਼ਾਮੀ ਮੈਂ ਨਾ ਉਹਦੇ ਨਾਲ ਪਾਰਟੀ 'ਤੇ ਮਿਲਾਉਣਾ। ਇੱਕ ਬੇਨਤੀ ਆ, ਦਾਰੂ ਉਹਨੂੰ ਹੀ ਪਿਆਈ ਜਿਹਦੇ ਕੋਲ ਸੋਫੀ ਡਰਾਈਵਰ ਹੋਊ। ਕਮਾਲ ਆ ਬਾਈ, ਕਨੇਡਾ ਆਏ ਨੂੰ 5 ਸਾਲ ਹੋ ਗਏ ਪਰ ਹਲੇ ਵੀ ਪੂਰਾ ਜੁਗਾੜ ਲਾਉਂਦਾ। ਕੁੜੀ ਦੇ ਆਉਣ ਦਾ ਟਾਈਮ ਤਾਂ ਹੋ ਗਿਆ। ਕੁੜੀ ਆ ਘਰ 'ਚ, ਲੱਗਦਾ ਇਹੀ ਹੋਇਆ। ਹੁਣ ਬਾਹਰ ਵੀ ਆ ਜਾ, ਚੱਲ ਵੀ ਅੰਮ੍ਰਿਤ ਸਿਆ, ਖਰੀਏ ਜਾ ਕੇ ਮੁਲਾਕਾਤ ਨਵੇਂ ਪਰਸਨ ਨਾਲ ਕਨੇਡਾ 'ਚ, ਉਹ ਵੀ ਕੁੜੀ। ਸਤਿ ਸ਼੍ਰੀ ਅਕਾਲ ਜੀ। ਜੱਗੀ ਭਾਈ ਨੇ ਮੈਨੂੰ ਤੁਹਾਡਾ ਨਾਮ ਤਾਂ ਨਹੀਂ ਦੱਸਿਆ, ਪਰ ਤੁਸੀਂ ਜਿਹੜੇ ਕੰਮ ਆਏ ਹੋ ਨਾ, ਆ ਬੰਦਾ ਹਾਜ਼ਰ ਹੈ। ਵਾਟ, ਹੂ ਆਰ ਯੂ? ਹੈ, ਇੰਗਲਿਸ਼? ਭਾਈ ਤਾਂ ਕਹਿੰਦਾ ਸੀ ਇਹਨੂੰ ਪੰਜਾਬੀ ਆਉਂਦੀ ਆ। ਹਾਂ, ਗਾਲਾਂ ਆਉਂਦੀਆਂ ਨੇ ਪੰਜਾਬੀ 'ਚ। ਓ ਅੱਛਾ, ਕੱਢਾਂ? ਨਹੀਂ ਨਹੀਂ, ਫਿਰ ਕਦੀ ਸਹੀ। ਲੱਗਦਾ ਘਰੋਂ ਲੜ ਕੇ ਆਈ ਆ। ਇਕੱਲੇ ਹੀ ਬੋਲੀ ਜਾਏਗਾ ਕਿ ਕੁਛ ਦੱਸੇਗਾ ਵੀ? ਆ ਲਓ ਜੀ। ਆ ਕੀ ਹੈ? ਪੈਸੇ? ਭਾਈ ਸਹੀ ਕਹਿੰਦਾ ਸੀ, ਉਹਨੂੰ ਦੇਖ ਕੇ ਇਹਨੇ ਜ਼ਿਆਦਾ ਹੀ ਮੰਗਣੇ ਸੀ। ਮੈਨੂੰ ਵੀ ਦੱਸੇਗਾ ਕਿ ਆਪਣੇ ਨਾਲ ਹੀ ਗੱਲਾਂ ਕਰੀ ਜਾਏਗਾ? ਦੇਖੋ ਜੀ, ਇੱਕ ਤੁਹਾਨੂੰ ਮੈਂ ਸਲਾਹ ਦਿੰਦਾ, ਉਹ ਵੀ ਫ੍ਰੀ। ਜਿਹੜਾ ਪੈਸਾ ਆਉਂਦਾ ਨਾ ਉਹ ਰੱਖ ਲਈਦਾ ਹੁੰਦਾ, ਉਹ ਘੱਟ ਵੱਧ ਤਾਂ ਚੱਲਦਾ ਵਾ। ਆ ਫੜ ਆਪਣੇ ਪੈਸੇ, ਤੇ ਜਿਹੜੀ ਹੁਣ ਮੈਂ ਸਲਾਹ ਦੇਣ ਲੱਗੀ ਆ ਨਾ, ਉਹ ਮੰਨ ਵੀ ਲਈ। ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਪੁੱਛ ਲਈਦਾ ਹੁੰਦਾ ਸਾਹਮਣੇ ਹੈ ਕੌਣ, ਨਹੀਂ ਤਾਂ ਕਿਸੇ ਦਿਨ ਬਹੁਤ ਮਾੜੀ ਹੋਊਗੀ ਤੇਰੇ ਨਾਲ। ਅੱਛਾ, ਫਿਰ ਮੁੜ ਮੁੜ ਕੇ ਦੇਖੇਗਾ ਮੇਰੇ ਨਾਲ ਹੋਇਆ ਕੀ ਹੈ। ਹਾਂ, ਹੁਣ ਰਾਹ ਛੱਡੇਗਾ ਮੇਰਾ? ਤੇ ਮੈਨੂੰ ਹੁਣ ਮੁੜ ਕੇ ਵੀ ਨਾ ਦੇਖੀ। ਵੈਸੇ ਮੈਂ ਇੱਥੇ ਆਪਣੀ ਫਰੈਂਡ ਸਿਮਰਨ ਨੂੰ ਮਿਲਣ ਆਈ ਆ। ਅੱਛਾ, ਪਹਿਰਾ ਦੇਈ, ਮੁੜ ਕੇ ਨਾ ਦੇਖੀ, ਪੱਕੀ ਗੱਲ ਆ, ਹੁਣ ਇਹੀ ਮੁੜ ਕੇ ਦੇ ਦੀ ਹੋਣੀ ਮੈਨੂੰ। ਜਿਸ ਤਰ੍ਹਾਂ ਦੀਆਂ ਹਰਕਤਾਂ ਨੇ ਪੱਕਾ ਮੁੜ ਕੇ ਦੇਖਦਾ ਹੋਊਗਾ। ਮੈਂ ਥੱਲੇ ਲੱਭੀ ਜਾਂਦਾ। ਕੀਨੂੰ?
ਉਹ ਭਾਬੀ ਜੀ ਨੂੰ। ਕਿਹਦੇ ਭਾਬੀ? ਉਹ ਮੇਰੇ ਭਾਬੀ ਜੀ, ਤੁਹਾਡੇ ਫਰੈਂਡ ਸਿਮਰਨ ਮੇਰੇ ਭਾਬੀ ਆ। ਓ ਓ, ਵੈਸੇ ਭਾਬੀ ਜੀ ਹੈ ਕਿੱਥੇ? ਉਹ ਰੈਡੀ ਹੋ ਰਹੀ ਹੈ, ਅਸੀਂ ਪਾਰਟੀ 'ਤੇ ਜਾਣਾ। ਓ, ਸ਼ਾਮ ਵਾਲੀ ਪਾਰਟੀ? ਯਾ। ਓ ਅੱਛਾ, ਮੈਂ ਵੀ ਆ ਰਿਹਾ ਵੈਸੇ ਉਸ ਪਾਰਟੀ 'ਤੇ। ਵੈਸੇ ਮੇਰਾ ਨਾਮ ਅੰਮ੍ਰਿਤ ਹੈ। ਹਾਂਜੀ, ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇੱਥੇ ਕਿੱਦਾਂ। ਜੱਗੀ ਬਾਈ ਮੇਰਾ ਮਤਲਬ ਹੈ, ਮੇਰੇ ਬਾਈ ਸਿਮਰਨ ਦੇ ਹਸਬੈਂਡ, ਪੇਂਡੂ ਹੈ ਮੇਰੇ। ਓਕੇ। ਹਾਂਜੀ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਆਇਆ ਕਿੱਥੋਂ, ਕਨੇਡਾ ਤੋਂ ਜਾਂ ਕਿੱਥੋਂ, ਪੰਜਾਬ ਤੋਂ, ਜਲੰਧਰ? ਹਾਂਜੀ, ਬੜੀ ਔਖੀ ਲੱਗਦੀ ਆ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕਿੰਨੇ ਕੁ ਦਿਨਾਂ ਲਈ? ਜ਼ਿਆਦਾ ਨਹੀਂ, 15-20 ਦਿਨ ਬਸ, ਘੁੰਮਣਾ ਫਿਰਨਾ ਆਪਾਂ, ਫਿਰ ਵਾਪਸ ਪੰਜਾਬ। ਹਾਂਜੀ। ਵੈਸੇ ਤੁਸੀਂ ਆਪਣਾ ਨਾਮ ਕੀ ਦੱਸਿਆ ਸੀ? ਮੈਂ ਤਾਂ ਅਜੇ ਦੱਸਿਆ ਹੀ ਨਹੀਂ ਆਪਣਾ ਨਾਮ। ਲੈ, ਨਾ ਦੱਸਿਆ ਹੀ ਨਹੀਂ, ਹੁਣ ਦੱਸ ਦਿਓ। ਨਿਮਰਤ। ਨਿਮਰਤ, ਵਾਹ। ਮੈਂ ਅੰਮ੍ਰਿਤ, ਤੁਸੀਂ ਨਿਮਰਤ। ਨਿਮਰਤ, ਵੈਸੇ ਇੱਕ ਗੱਲ ਪੁੱਛਾਂ? ਹਾਂਜੀ, ਪੁੱਛੋ। ਤੂੰ ਰੋਜ਼ ਹੀ ਇੰਨਾ ਬੋਲਦਾ ਕਿ ਅੱਜ ਕੁਛ ਜ਼ਿਆਦਾ ਬੋਲ ਰਿਹਾ। ਓ ਨਹੀਂ ਨਹੀਂ, ਓ ਮੈਂ ਤਾਂ ਵੈਸੇ ਬਹੁਤ ਹੀ ਘੱਟ ਬੋਲਦਾ, ਇਹ ਤਾਂ ਬਸ ਜੀ ਤੁਸੀਂ ਬੋਰ ਨਾ ਹੋਵੋ, ਵੇਟ ਕਰੋ ਨਾ ਭਾਬੀ ਦੀ, ਤਾਂ ਕਿ ਬੋਲ ਰਿਹਾ, ਜੇ ਤਾਂ ਮੈਂ ਨਹੀਂ ਬੋਲਦਾ, ਜਮਾਂ ਨਹੀਂ ਬੋਲਦਾ, ਮੈਂ ਤਾਂ ਬੋਲਦਾ ਹੀ ਨਹੀਂ। ਵੈਸੇ ਇੱਕ ਗੱਲ ਮੈਂ ਹੀ ਪੁੱਛਾਂ? ਯਾ, ਤੁਸੀਂ ਸੱਚੀ ਪੰਜਾਬੀ 'ਚ ਗੱਲਾਂ ਕੱਢਦੇ ਹੋ ਜਾਂ ਬਾਹਰ ਮੈਨੂੰ ਡਰਾਉਂਦੇ ਸੀ? ਨਹੀਂ ਨਹੀਂ, ਕੱਢਦੇ ਨਹੀਂ, ਕੱਢਦੇ ਨਹੀਂ। ਫੋਨ ਆ ਗਿਆ, ਫੋਨ ਆ ਗਿਆ। ਹੈਲੋ। ਹਾਂਜੀ ਮੈਮ, ਬਸ ਸਿਮਰਨ ਨੂੰ ਪਿੱਕ ਕਰਕੇ ਆ ਰਹੀ ਹਾਂ। ਜੇ ਨਾ ਰੋਕਦਾ ਪੱਕਾ ਗੱਲ ਕੱਢ ਦੇਣੀ ਸੀ ਇਹਨੇ। ਬਚ ਗਿਆ ਬਾਈ। ਆ ਤਾਂ ਸਵੇਰੇ ਸਵੇਰੇ ਗੁਆਂਢੀਆਂ 'ਤੇ ਅੱਗ ਲੱਗ ਗਈ। ਆਹ ਕਿੱਦਾਂ ਫੋਨ ਆ ਗਿਆ ਸਵੇਰੇ ਸਵੇਰੇ? ਡੈਡੀ ਦਾ ਫੋਨ ਆ। ਹੈਲੋ। ਹਾਂਜੀ ਡੈਡੀ, ਸਤਿ ਸ਼੍ਰੀ ਅਕਾਲ। ਮੈਂ ਠੀਕ ਹਾਂ, ਤੁਸੀਂ ਸੁਣਾਓ? ਉਹ ਬਹੁਤ ਵਧੀਆ, ਇੱਥੇ ਤਾਂ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਸੀ ਕਿ ਤੁਸੀਂ ਵੀ ਨਾਲ ਹੀ ਆ ਜਾਓ, ਨਾਲੇ ਮੰਮੀ ਦਾ ਘੁੰਮਣਾ ਹੋ ਜਾਂਦਾ। ਹਾਂ ਹਾਂ, ਜੱਗੀ ਬਾਈ ਠੀਕ ਆ। ਉਹ ਡੈਡੀ, ਮੈਂ ਇੱਥੇ ਘੁੰਮਣ ਆਇਆ, ਕੁੜੀ ਲੱਭਣ ਨਹੀਂ ਆਇਆ। ਅੱਛਾ ਠੀਕ ਹੈ, ਜੇ ਕੁੜੀ ਲੱਭ ਗਈ ਨਾ ਕੋਈ, ਤਾਂ ਸਭ ਤੋਂ ਪਹਿਲਾਂ ਫੋਨ ਤੁਹਾਨੂੰ ਕਰੂੰ, ਠੀਕ ਹੈ? ਹੁਣ ਮਾਤਾ ਨਾਲ ਗੱਲ ਕਰਾਓ ਮੇਰੀ। ਸਤਿ ਸ਼੍ਰੀ ਅਕਾਲ ਮਾਤਾ, ਹੋਰ ਕੀ ਹਾਲ ਚਾਲ ਹੈ, ਠੀਕ ਹੋ? ਆਹ ਸਪਣਾ ਵੀ ਠੀਕ ਆ। ਉਹ ਮਾਤਾ ਜੀ, ਇੰਨੀ ਯਾਦ ਆਉਂਦੀ ਹੈ ਤਾਂ ਬਾਪੂ ਨੂੰ ਕਹੋ ਕਿ ਲਓ ਟਿਕਟ 'ਤੇ ਆ ਜਾਓ ਕਨੇਡਾ, ਤੁਹਾਡੇ ਕਿਹੜਾ ਵੀਜ਼ਾ ਇੰਨੀ। ਹਾਂ ਹਾਂ, ਖਿਆਲ ਰੱਖਾਂਗਾ ਆਪਣਾ। ਉਹ ਮਾਤਾ, ਹੁਣ ਤੂੰ ਵੀ ਡੈਡੀ ਵਾਲੀ ਗੱਲ ਕਹੀ ਜਾਂਦੀ ਆ। ਉਹ ਇੱਥੇ ਕੁੜੀਆਂ ਉਡੀਕਣ ਡਈਆਂ ਕਿ ਅੰਮ੍ਰਿਤ ਆਊਂਗਾ ਤਾਂ ਆਪਾਂ ਵਿਆਹ ਕਰਾ ਲਾਂਗੇ। ਅੱਛਾ ਮੇਰੀ ਗੱਲ ਸੁਣੋ, ਜੇ ਮੈਨੂੰ ਕੋਈ ਲੱਭ ਗਈ ਨਾ ਤਾਂ ਪਹਿਲਾਂ ਫੋਨ ਤੁਹਾਨੂੰ ਕਰੂੰ, ਠੀਕ ਹੈ ਨਾ? ਡੈਡੀ ਨੂੰ ਵੀ ਇਹੀ ਗੱਲ ਕਹੀ ਆ ਮੈਂ। ਉਹ ਹੁਣ ਮੈਂ ਉੱਠਿਆ ਵਾਂ। ਉਹ ਕਾਹਦੀਆਂ ਆਵਾਜ਼ਾਂ ਬੇਬੇ, ਉਹ ਗੁਆਂਢੀਆਂ 'ਤੇ ਅੱਗ ਲੱਗ ਗਈ ਆ, ਉਹ ਅੱਗ ਬੁਝਾਉਣ ਲਈ ਗੱਡੀਆਂ ਦੀਆਂ ਆਵਾਜ਼ਾਂ। ਹਾਂ
ਚਲੋ ਚੰਗਾ, ਫਿਰ ਮੈਂ ਫਿਰ ਕਰਾਂਗਾ ਫੋਨ। ਹਾਂਜੀ ਚਲੋ ਚੰਗਾ, ਡੈਡੀ ਨੂੰ ਵੀ ਸਤਿ ਸ਼੍ਰੀ ਅਕਾਲ ਕਹੀਓ। ਠੀਕ ਆ, ਵਿਆਹ ਕਰਾ ਲੈ ਜਿੱਦਾਂ ਕੁੜੀਆਂ ਉਡੀਕਦੀਆਂ ਮੈਨੂੰ ਇੱਥੇ। ਅੱਗ ਬੁਝਾਓ ਯਾਰ, ਬਾੜੀ ਲੱਗ ਗਈ। ਮੈਂ ਕਿਹਾ ਜੱਗੀ ਬਾਈ ਤੇਰਾ ਪਿੰਡੂ ਦਾ ਕਮਾਲ ਦੀਆਂ ਗੱਲਾਂ ਕਰਦਾ। ਉਹ ਸਹੀ ਕਿਹਾ, ਮੁੰਡੇ ਨੇ ਤਾਂ ਸਿਰਾ ਹੀ ਲਾ ਦਿੱਤਾ। ਓਏ ਅੰਮ੍ਰਿਤ ਨੂੰ ਦੇਖ ਕੇ ਤਾਂ ਮੈਨੂੰ ਪੁਰਾਣੇ ਦਿਨ ਯਾਦ ਆ ਗਏ। ਉਹ ਯਾਦ ਆ ਤੁਹਾਨੂੰ ਉਹ ਜਦੋਂ ਅਸੀਂ ਵਿਆਹ ਤੇ ਜਾਂਦੇ ਹੁੰਦੇ ਸੀ ਤੇ ਸਾਡਾ ਧਿਆਨ ਇਸ ਮਠਿਆਈ ਵੱਲ ਘੱਟ ਹੁੰਦਾ ਸੀ ਤੇ ਕੁੜੀਆਂ ਵੱਲ ਜ਼ਿਆਦਾ ਹੁੰਦਾ ਸੀ। ਅਸੀਂ ਆਪੋ ਆਪਣੀ ਸਿਲੈਕਟ ਕਰ ਲਈਦੀ ਸੀ ਤੇ ਕਹਿੰਦਾ ਸੀ ਮੇਰੇ ਵਾਲੀ ਤੁਹਾਡੀ ਭਾਬੀ ਤੇ ਨਾ ਰੱਖਣਾ ਤੁਸੀਂ ਉੱਤੇ ਅੱਖ। ਜਿੱਦਾਂ ਕੁੜੀ ਨੇ ਤੈਨੂੰ ਹਾਂ ਪਹਿਲਾਂ ਕੀਤੀ ਹੋਵੇ। ਅੰਮ੍ਰਿਤ ਤੂੰ ਵੀ ਕਦੇ ਪਿਆਰ ਕੀਤਾ ਕਿ ਸਾਡੇ ਵਾਂਗੂ ਟਰਾਈਆਂ ਹੀ ਮਾਰਦਾ ਰਹਿ ਗਿਆ? ਪਿਆਰ ਤਾਂ ਬਾਈ ਥੋੜ੍ਹਾ ਥੋੜ੍ਹਾ ਸਾਰੇ ਨੇ ਕੀਤਾ ਹੋਣਾ, ਅੰਮ੍ਰਿਤ ਨੇ ਪੂਰਾ ਯਾਦੇ ਕਰ ਲਿਆਊ ਕਿਉਂ ਅੰਮ੍ਰਿਤ? ਉਹ ਬਾਈ ਜੀ ਪਿਆਰ ਤਾਂ ਕਰ ਲਈਏ, ਪਰ ਅੱਜ ਕੱਲ੍ਹ ਦਾ ਪਿਆਰ ਕੋਈ ਪਿਆਰ ਆ? ਕੁੜੀ ਨੂੰ ਪਹਿਲੀ ਵਾਰੀ ਵੇਖਦੇ ਨੇ ਤੇ ਕਹਿੰਦੇ ਨੇ ਹਾਏ ਪਿਆਰ ਹੋ ਗਿਆ। ਉਹ ਬਾਈ ਜੀ ਮੇਰੇ ਹਿਸਾਬ ਨਾਲ ਤਾਂ ਪਿਆਰ ਉਹ ਹੈ ਕਿ ਕੁੜੀ ਨੂੰ ਜਦੋਂ ਵੇਖਿਆ ਤਾਂ ਪਿਆਰ ਸ਼ੁਰੂ ਹੋਵੇ, ਉਹਦੀਆਂ ਗੱਲਾਂ ਸੁਣਾ ਤਾਂ ਮੇਰਾ ਪਿਆਰ ਵਧੇ, ਮੇਰੀਆਂ ਗੱਲਾਂ ਉਹ ਸੁਣੇ ਤਾਂ ਉਹਦਾ ਪਿਆਰ ਵਧੇ। ਮਤਲਬ ਦੋਨੋਂ ਇੱਕ ਦੂਜੇ ਨੂੰ ਮਿਲਦੇ ਰਹੀਏ ਤੇ ਪਿਆਰ ਵਧੀ ਜਾਵੇ। ਸਿਰਾ ਹੀ ਲਾਤਾ ਬਤੰਦਰ ਦੇ। ਕਦੋਂ ਮੇਰੀ ਉਹਦੇ ਤੇ ਤਲਾਸ਼ ਮੁੱਕਣੀ, ਕਰਦਾ ਏ ਦਿਲ ਜਿਹਦੀ ਭਾੜ ਚਿਰਦਾ। ਉਹ ਰੱਬ ਲਿਖਦਾ ਸਟੋਰੀ ਅੱਜ ਸਾਡੇ ਪਿਆਰ ਦੀ, ਅਸੀਂ ਕਰਕੇ ਸੀ ਗੱਲ ਛੋਟਾ ਯਾਰ ਫਿਰਦਾ। ਰੱਬ ਲਿਖੇ ਲਵ ਸਟੋਰੀ ਅੱਜ ਸਾਡੇ ਪਿਆਰ ਦੀ, ਅਸੀਂ ਕਰਕੇ ਸੀ ਗੱਲ ਛੋਟਾ ਯਾਰ। ਨਾਲੇ ਰੱਖੂਗਾ ਬਣਾ ਕੇ ਉਹਨੂੰ ਤਾਜ ਸਿਰ ਦਾ। ਰੱਬ ਲਿਖਦਾ ਸਟੋਰੀ ਅੱਜ ਸਾਡੇ ਪਿਆਰ ਦੀ, ਅਸੀਂ ਕਰਕੇ ਸੀ ਗੱਲ ਛੋਟਾ ਯਾਰ ਫਿਰਦਾ। ਰੱਬ ਲਿਖੇ ਲਵ ਸਟੋਰੀ ਅੱਜ ਸਾਡੇ ਪਿਆਰ ਦੀ, ਅਸੀਂ ਕਰਕੇ ਸੀ ਗੱਲ ਛੋਟਾ ਯਾਰ ਫਿਰਦਾ। ਹਾਂਜੀ ਬਾਈ ਜੀ,
ਅੱਜ ਦਫ਼ਤਰ ਤੋਂ ਛੇਤੀ ਆ ਕੇ ਨਾ ਤੈਨੂੰ ਆਪਣੇ ਟਾਊਨ ਦਾ ਗੇੜਾ ਲਵਾਉਣਾ। ਗੇੜਾ? ਸ਼ਹਿਰ ਦਾ ਗੇੜਾ ਬਾਈ ਜੀ? ਉਹ ਬਾਈ ਜੀ ਸੱਚ ਆਹ ਨਿਮਰਤ ਨੇ ਦੱਸਿਆ ਸੀ ਕਿ ਇਹਨੂੰ ਟਾਊਨ 'ਚ ਬਹੁਤ ਜ਼ਰੂਰੀ ਕੰਮ ਹੈ। ਮੈਂ ਸੋਚਿਆ ਮੈਂ ਫਿਰ ਇਹਨੇ ਘੁੰਮਾਨਾ, ਇਹਦਾ ਕੰਮ ਹੋਜੂਗਾ ਅਤੇ ਮੇਰਾ ਘੁੰਮਣਾ। ਕਿਉਂ? ਮਾਮਲਾ ਗਰਮ ਲੱਗਦਾ। ਕਿਹੜਾ ਬਾਈ ਜੀ? ਚਾਹ ਦਾ। ਹਾਂਜੀ ਮੈਂ ਦੇਖਦਾ। ਵਾਕਈ ਗਰਮ ਦੀ ਹੈ ਨਿਮਰਤ। ਉਹ ਸਾਹਮਣੇ ਵੀ ਬੈਠਣ ਲਈ ਥਾਂ ਹੈ, ਹੈ ਨਾ? ਕਮਾਲ ਹੈ ਯਾਰ, ਬਹੁਤ ਵਧੀਆ ਜਗ੍ਹਾ। ਮੇਰੀ ਨਾ ਇਹ ਫੇਵਰੇਟ ਪਲੇਸ ਹੈ, ਜਦੋਂ ਵੀ ਮੇਰਾ ਦਿਲ ਕਰਦਾ ਮੈਨੂੰ ਇੱਥੇ ਆਉਣਾ ਬਹੁਤ ਵਧੀਆ ਲੱਗਦਾ। ਜਗ੍ਹਾ ਤਾਂ ਬਹੁਤ ਵਧੀਆ। ਵੈਸੇ ਤੈਨੂੰ ਕੀ ਵਧੀਆ ਲੱਗਦਾ? ਮੈਨੂੰ ਮੈਨੂੰ ਤਾਂ ਤੂੰ ਵਧੀਆ ਲੱਗਦੀ ਹੈ। ਕੀ? ਉਹ ਮੇਰਾ ਮਤਲਬ ਸੀ ਮੈਂ ਚਾਹ ਬਹੁਤ ਵਧੀਆ ਬਣਾ ਲੈਂਦਾ, ਘਰ ਦਾ ਸਾਰਾ ਕੰਮ ਮੈਂ ਆਪ ਹੀ ਕਰਦਾ। ਮੈਂ ਤਾਂ ਸੋਚਿਆ ਵਿਆਹ ਤੋਂ ਬਾਅਦ ਬੱਚੇ ਵੀ ਮੈਂ ਹੀ ਸਾਂਭਣੇ ਆ, ਉਹ ਕਿਉਂਕਿ ਮੈਨੂੰ ਤਾਂ ਬੱਚਿਆਂ ਨਾਲ ਪਿਆਰ ਹੀ ਬਹੁਤ ਹੈ। ਫਿਰ ਮੈਨੂੰ ਕਿਉਂ ਦੱਸ ਰਿਹਾ? ਵੈਸੇ ਹੀ ਬਸ ਵੈਸੇ ਹੀ ਉੱਦਾਂ ਦਾ ਵਧੀਆ ਵਿਚਾਰ ਨੇ। ਵਿਚਾਰ ਹੀ ਵਧੀਆ, ਮੈਂ ਨਹੀਂ ਵਧੀਆ। ਮੈਂ ਕਾਫੀ ਲੈ ਕੇ ਆਉਂਦੀ ਹਾਂ। ਨਾ ਨਾ ਤੁਸੀਂ ਬੈਠੋ, ਮੈਂ ਲੈ ਕੇ ਆਉਂਦਾ, ਮੈਨੂੰ ਪਤਾ ਕਿੱਥੋਂ ਮਿਲਣੀ ਆ, ਹੁਣੇ ਆਇਆ। ਓਕੇ। ਹੈਲੋ ਸਿਮਰਨ। ਹੋਰ ਫਿਰ ਕਿਵੇਂ ਆ? ਠੀਕ ਆ, ਪਰ ਤੂੰ ਇੱਦਾਂ ਕਿਉਂ ਕਹਿ ਰਹੀ ਹੈ? ਤੂੰ ਇਹ ਦੱਸ ਜਿਹੜੇ ਕੰਮ ਗਈ ਸੀ ਉਹ ਹੋ ਗਿਆ? ਯਾ ਆਲਮੋਸਟ। ਜੇ ਨਹੀਂ ਹੋਇਆ ਤਾਂ ਦੱਸ ਦੇ, ਮੈਂ ਹੈਲਪ ਕਰ ਦਿੰਦੀ ਆ। ਜੇ ਤੇਰੀ ਜਸੂਸੀ ਖਤਮ ਹੋ ਗਈ ਹੋਵੇ ਮੈਂ ਫੋਨ ਰੱਖਾਂ। ਓਕੇ ਬਾਏ। ਓਕੇ ਬਾਏ ਬਾਏ। ਇਹ ਕਾਫੀ ਲੈਣ ਗਿਆ ਕਿ ਬਣਾਉਣ ਗਿਆ? ਦੇਖ ਕੇ ਆਨੀ ਆ। ਕਾਫੀ ਕਿੱਥੇ ਆ? ਕਾਫੀ ਮੈਂ ਪੁੱਛਿਆ, ਫ੍ਰੈਂਚ ਲੈਣਾ ਮਿਲਦੀ ਨਹੀਂ ਇੱਥੇ ਨਾ। ਗੋਰੀਆਂ? ਗੋਰੀਆਂ? ਮਜ਼ਾਕ ਕਰਦਾ ਸੀ, ਆਪਾਂ ਟਿਮ ਉੜ ਜਾਏ ਕਾਫੀ ਪੀਨੇ ਆ। ਚਲੋ ਆ ਜਾਓ। ਆ ਗਿਆ ਜੀ। ਅੱਛਾ ਅੰਮ੍ਰਿਤ ਇੱਕ ਗੱਲ ਦੱਸ, ਤੂੰ ਜੇ ਗੋਰੀਆਂ ਵੀ ਤੇਰੇ ਵਾਂਗੂ ਸੋਚਣ ਲੱਗ ਜਾਣ ਫੇਰ? ਸੱਚੀ? ਬਸ ਮਿਲ ਗਿਆ ਮੈਨੂੰ ਤੇਰਾ ਜਵਾਬ, ਸ਼ੁਕਰ ਹੈ ਰੱਬ ਦਾ ਸਾਰੇ ਪੰਜਾਬੀ ਮੁੰਡੇ ਤੇਰੇ ਵਾਂਗੂ ਨਹੀਂ ਸੋਚਦੇ। ਓ ਮੈਡਮ ਜੀ, ਤੁਹਾਨੂੰ ਪੱਕਾ ਲੱਗਦਾ ਕਿ ਸਾਰੇ ਪੰਜਾਬੀ ਮੁੰਡੇ ਮੇਰੇ ਵਾਂਗੂ ਨਹੀਂ ਸੋਚਦੇ? ਹੈ? ਅੱਛਾ ਫੇਰ ਜੇ ਗੋਰੀਆਂ ਤੁਹਾਡੇ ਵੱਲ ਨਾ ਦੇਖਣ ਫੇਰ? ਜੇ ਗੋਰੀਆਂ ਸਾਡੇ ਵੱਲ ਨਾ ਦੇਖਣ ਤਾਂ ਫੇਰ ਤਾਂ ਇੱਕੋ ਹੀ ਰਹਿਣਾ ਆਪਣੇ ਕੋਲ, ਆਪਾਂ ਝੂਠ ਬੋਲ ਲਈਦਾ। ਕਿਹੜਾ ਝੂਠ? ਉਹ ਫੇਰ ਕਦੇ ਸਹੀ। ਅੱਛਾ ਅੰਮ੍ਰਿਤ ਇੱਕ ਮਿੰਟ ਗੱਲ ਤਾਂ ਸੁਣ। Thank you.
ਉਹ ਕਿੱਦਾਂ ਬਾਈ, ਖਿਆਲਾਂ 'ਚ ਕਿਤੇ ਵਿਆਹ ਕਰਾਉਣ ਦਾ ਇਰਾਦਾ ਤਾਂ ਨਹੀਂ? ਸਾਡਾ ਕਿਤੇ ਭੰਗੜਾ ਪਾਉਣ ਦਾ ਚਾਅ ਵਿੱਚ ਹੀ ਨਾ ਰਹਿ ਜੇ। ਵਿਆਹ? ਕਿਹਦਾ ਵਿਆਹ ਤੇ ਕਿਹਦੇ ਨਾਲ? ਓਏ ਉਸੇ ਕੁੜੀ ਦੇ ਨਾਲ ਜਿਹਦੇ ਤੂੰ ਖਿਆਲਾਂ 'ਚ ਗੁੰਮ ਹੈ। ਇੱਕ ਗੱਲ ਪੁੱਛਾਂ, ਉਸ ਕੁੜੀ ਦਾ ਨਾਂ ਕਿਤੇ ਨਿਮਰਤ ਨਹੀਂ? ਛੱਡੋ ਬਾਈ ਜੀ, ਨਿਮਰਤ ਇੱਕ ਬਹੁਤ ਹੀ ਵਧੀਆ ਕੁੜੀ ਹੈ। ਨਾਲੇ ਨਿਮਰਤ ਤੇ ਸਿਮਰਨ ਦੋਨੋਂ ਚੰਗੀਆਂ ਦੋਸਤ ਨੇ। ਮੇਰੀ ਇੱਕ ਗੱਲ ਮੰਨ, ਤੂੰ ਇਹ ਵਿਆਹ ਲਈ ਗਾਟੀ ਪਾ ਲੈ। ਉਹ ਬਾਈ ਜੀ, ਗਾਟੀ ਤਾਂ ਮੈਂ ਪਾਲਵਾਂ, ਪਰ ਪਹਿਲਾਂ ਇਹ ਤਾਂ ਪਤਾ ਲੱਗੇ ਕਿ ਨਿਮਰਤ ਵੀ ਮੈਨੂੰ ਪਿਆਰ ਕਰਦੀ ਹੈ ਕਿ ਨਹੀਂ। ਨਾਲੇ ਉਹਦੇ ਲਈ ਨਾ ਮੈਨੂੰ ਇੱਥੇ ਰਹਿਣਾ ਪੈਣਾ। ਓਏ ਆਹ ਤਾਂ ਬਾਹਲੀ ਵਧੀਆ ਗੱਲ ਆ। ਉਹ ਤੇਰਾ ਯਾਰ ਇੱਥੇ ਕਿਸ ਕੰਮ ਲਈ ਹੈਗਾ? ਇਹ ਤੇਰਾ ਆਪਣਾ ਘਰ ਆ, ਜਦ ਤੱਕ ਤੇਰਾ ਦਿਲ ਕਰਦਾ ਤਦ ਤੱਕ ਰਹਿ ਤੂੰ। ਫਿਰ ਤਾਂ ਠੀਕ ਆ, ਮਤਲਬ ਹੁਣ ਤੁਸੀਂ ਮੈਨੂੰ ਇੱਥੇ ਸੈੱਟ ਕਰਵਾ ਕੇ ਰਹੋਗੇ? ਉਹ ਮੇਰੇ ਯਾਰ, ਤੂੰ ਕਰ ਕੁੜੀ ਸੈੱਟ ਤੇ ਮੈਂ ਕਰੂੰ ਤੇਰੀ ਲਾਈਫ ਸੈੱਟ। ਕਮਾਲ ਹੈ ਬਾਈ ਜੀ। ਕੈਨੇਡਾ ਦੇ ਮੌਸਮ ਦੀ ਤਾਂ ਗੱਲਬਾਤ ਹੀ ਵੱਖਰੀ ਹੈ। ਅੰਮ੍ਰਿਤ, ਉਸ ਦਿਨ ਤੂੰ ਕੀ ਕਹਿ ਰਿਹਾ ਸੀ ਗੋਰੀਆਂ ਨੂੰ ਦੇਖ ਕੇ ਝੂਠ ਬੋਲ ਲਈਦਾ ਹੁੰਦਾ? ਓ ਉਦੋਂ ਤਾਂ ਮੈਂ ਇਹ ਕਹਿ ਰਿਹਾ ਸੀ ਕਿ ਜਦੋਂ ਕੋਈ ਗੋਰੀ ਦੇਖਦੇ ਆ ਨਾ, ਆਪਣੀ ਕੋਸ਼ਿਸ਼ ਹੁੰਦੀ ਆ ਕਿ ਔਖੇ ਸੌਖੇ ਹੋ ਕੇ ਨਾ ਉਹਨਾਂ ਫੋਟੋ ਖਿਚਾ ਲਈਏ, ਤਾਂ ਕਿ ਫਿਰ ਯਾਰ ਦੋਸਤਾਂ ਨੂੰ ਜਾ ਕੇ ਕਹੀਏ ਕਿ ਤੁਹਾਡੀ ਭਾਬੀ ਹੈ। ਸ਼ੁਕਰ ਹੈ ਫਿਰ ਤਾਂ ਮੈਂ ਗੋਰੀ ਨਹੀਂ, ਨਹੀਂ ਤਾਂ ਪਤਾ ਨੀ ਕੀ ਕੀ ਸਟੋਰੀਆਂ ਬਣਾਉਣੀਆਂ ਸੀ। ਗੁੱਸਾ ਕਿਉਂ ਕਰਦੀ ਹੈ? ਉਹ ਮੈਂ ਤਾਂ ਮਜ਼ਾਕ ਕਰਦਾ, ਕੁੜੀ ਗੋਰੀ ਹੋਵੇ ਜਾਂ ਕਾਲੀ ਕੋਈ ਫਰਕ ਨਹੀਂ ਪੈਂਦਾ, ਗੱਲ ਤਾਂ ਬਸ ਇੰਨੀ ਹੈ ਕਿ ਉਹ ਦਿਲ ਨੂੰ ਲੱਗਦੀ ਹੈ ਕਿ ਨਹੀਂ। ਬਾਕੀ ਜੇ ਕਿਤੇ ਕੁੜੀ ਨੇ ਪੰਜਾਬੀ ਸੂਟ ਪਾਇਆ ਹੋਵੇ ਨਾ, ਉਹ ਤਾਂ ਵੈਸੇ ਦਿਲ ਨੂੰ ਲੱਗ ਜਾਂਦੀ ਆ। ਬਾਕੀਆਂ ਦੀ ਛੱਡ, ਆਪਣੀ ਦੱਸ ਤੂੰ। ਮੇਰੀ ਇੱਦਾਂ ਕਰ, ਕਿਸੇ ਦਿਨ ਨਾ ਪੰਜਾਬੀ ਸੂਟ ਪਾ ਕੇ ਆ, ਫਿਰ ਪਤਾ ਲੱਗ ਜੂੰਗਾ। ਉਹ ਦੇਖ ਕੀ ਗੋਰੀ, ਮੈਂ ਫੋਟੋ ਖਿਚਾ ਗਿਆ। ਬਾਏ। ਇਹ ਸਾਰੇ ਇੱਕੋ ਜਿਹੇ ਹੁੰਦੇ ਆ, ਵੱਡਾ ਆ ਪੰਜਾਬੀ ਸੂਟਾਂ ਦਾ, ਇਹਨਾਂ ਨੇ ਨਹੀਂ ਸੁਧਰਨਾ। ਅੰਮ੍ਰਿਤ, ਫਿਰ ਜੀ ਲੱਗ ਹੀ ਗਿਆ ਤੇਰਾ ਫਿਰ। ਬੱਲੀ ਬਾਈ ਜੀ, ਜੀ ਤਾਂ ਪੂਰਾ ਲੱਗਾ ਹੋਇਆ ਜੀ ਇੱਥੇ। ਜੀ ਡਾਲਰਾਂ ਨੇ ਲਵਾਤਾ ਕਿ ਕਿਸੇ ਮੈਡਮ ਦੇ ਚੱਕਰਾਂ 'ਚ ਲੱਗ ਗਿਆ? ਨਹੀਂ ਨਹੀਂ ਦੇਵੀ ਬਾਈ ਜੀ, ਇਹੋ ਜੀ ਕੋਈ ਗੱਲ ਨਹੀਂ। ਬਾਈ ਵਿੱਕੀ, ਜਿਵੇਂ ਤੂੰ ਕਹਿੰਦਾ ਹੁੰਦਾ ਨਾ, ਬਈ ਜਿਹੜਾ ਇਸ ਮੁਲਕ 'ਚ ਆ ਗਿਆ ਬਸ ਉਹਦਾ ਇੱਥੇ ਦਿਲ ਲੱਗ ਗਿਆ। ਉਹ ਨਹੀਂ ਮੁੜ ਕੇ ਜਾਂਦਾ। ਛੋਟੇ ਭਾਈ ਖਿਆਲ ਰੱਖੀ, ਇੱਥੇ ਮਿਹਨਤ ਬਹੁਤ ਕਰਨੀ ਪੈਂਦੀ ਆ। ਇੱਥੇ ਕੰਮ ਪਿਆਰਾ, ਚੰਮ ਨਹੀਂ ਪਿਆਰਾ। ਇੱਥੇ ਇੱਕ ਮੌਜ ਆ, ਦਬ ਕੇ ਬਾ ਤੇ ਰੱਜ ਕੇ ਖਾ। ਤੇ ਭਾਈ ਸੱਚ ਕਹਿੰਦਾ। ਫੇਰ ਕਿਵੇਂ ਲੱਗੀ ਚਾਹ? ਚਾਹ? ਇੱਕ ਮਿੱਠਾ ਜਿਹਾ ਅਹਿਸਾਸ ਹੈ, ਬਣ ਗਈ ਤੂੰ ਮੇਰੀ ਖਾਸ ਹੈ, ਹੁਣ ਸਾਥੋਂ ਦੂਰ ਨਾ ਹੋਈ, ਰੱਬ ਅੱਗੇ ਇਹੀ ਅਰਦਾਸ ਹੈ। ਹੁਣ ਇਹ ਕੀ ਹੈ? ਉਹ ਚਾਹ ਦੀ ਤਾਰੀਫ, ਦੂਰ ਨਾ ਹੋਵੇ। ਅੱਛਾ, ਮੈਨੂੰ ਲੱਗਾ। ਕੀ ਲੱਗਾ? ਕੁਛ ਨੀ। ਨਹੀਂ ਨਹੀਂ, ਜੇ ਕੁਛ ਲੱਗਦਾ ਤੇ ਦੱਸ ਦੇਦਾ ਹੁੰਦਾ। ਨਹੀਂ ਨਹੀਂ, ਕੁਛ ਨੀ ਲੱਗਿਆ। ਵੈਸੇ ਤੈਨੂੰ ਲੱਗਾ ਕਿ ਇਹ ਲਾਈਨਾਂ ਮੈਂ ਤੇਰੇ ਲਈ ਕਹੀਆਂ? ਨਹੀਂ, ਵੈਸੇ ਮੈਂ ਕਹੀਆਂ ਤੇਰੇ ਲਈ ਸੀ। ਜੇ ਏਦਾਂ ਦੀ ਗੱਲ ਹੈ, ਨਾ ਤਾਂ ਮੈਨੂੰ ਇਹਨਾਂ ਲਾਈਨਾਂ 'ਚ ਤੇ ਨਾ ਹੀ ਪਿਆਰ 'ਚ ਕੋਈ ਇੰਟਰਸਟ ਹੈ। ਅੱਛਾ,
ਵੈਸੇ ਪਿਆਰ ਇੰਨੀ ਵੀ ਮਾੜੀ ਚੀਜ਼ ਨਹੀਂ, ਇੱਕ ਵਾਰੀ ਕਰਕੇ ਤਾਂ ਵੇਖ। ਪਿਆਰ ਨਾ ਸਿਰਫ ਵਿਆਹ ਤੋਂ ਪਹਿਲਾਂ ਹੀ ਹੁੰਦਾ, ਵਿਆਹ ਤੋਂ ਬਾਅਦ ਤਾਂ ਬੰਦਾ ਮੁੜ ਕੇ ਨਹੀਂ ਦੇਖਦਾ। ਹੁਣ ਕੀ ਦੇਖੀ ਜਾਣਾ, ਚਾਹ ਪੀ ਲਾ। ਕਰਕੇ ਵੇਖ ਲੈ ਪਿਆਰ ਸੋਹਣੀਏ ਇੱਕ ਵਾਰੀ। ਕਿਤੇ ਹੋ ਨਾ ਵੈਸੇ ਪਿਆਰ ਇੰਨੀ ਵੀ ਮਾੜੀ ਚੀਜ਼ ਨਹੀਂ, ਇੱਕ ਵਾਰੀ ਕਰਕੇ ਤਾਂ ਵੇਖ। ਤੂੰ ਕਰਕੇ ਵੇਖ ਲੈ ਪਿਆਰ ਸੋਹਣੀਏ ਇੱਕ ਵਾਰੀ। ਕੱਤੇ ਦੇ ਫੁੱਲਾਂ ਉੱਤੇ ਆਈਏ ਤਰੇਲ, ਜਦੋਂ ਹੋਇਆ ਇਹ ਸਬਬ ਨਾਲ ਤੇਰਾ ਮੇਰਾ ਮੇਲ, ਜਦੋਂ ਹੋਇਆ ਇਹ ਸਬਬ ਨਾਲ ਤੇਰਾ ਮੇਰਾ ਮੇਲ, ਜਦੋਂ ਨਾ ਕਰਨਾ ਇਸ਼ਕ ਵਪਾਰ ਮੁੜ ਮੁੜ ਕੇ ਨਾ ਵੇਖ ਵੇ, ਕਿਤੇ ਹੋ ਨਾ ਜਾਵੇ ਪਿਆਰ ਮੁੜ ਮੁੜ ਕੇ ਨਾ ਵੇਖ ਵੇ, ਕਿਤੇ ਹੋ ਨਾ ਜਾਵੇ ਪਿਆਰ ਮੁੜ ਮੁੜ ਕੇ ਨਾ ਵੇਖ ਵੇ, ਕਿਤੇ ਹੋ ਨਾ ਜਾਵੇ ਪਿਆਰ ਮੁੜ ਮੁੜ ਕੇ ਨਾ ਵੇਖ ਵੇ। ਨਿਮਰਤ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਨਹੀਂ ਯਾਰ, ਬਣੀ ਨਹੀਂ ਗੱਲ, ਇੱਕ ਵਾਰੀ ਹੋਰ ਕਰਦਾ। ਨਿਮਰਤ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਇੱਕ ਤਾਂ ਯਾਰ ਮਿੰਟ ਮਗਰੋਂ ਮੇਰੇ ਅੰਦਰ ਸ਼ਾਹਰੁਖ ਖਾਨ ਬਣੀ ਕਿੱਥੋਂ ਆ ਜਾਂਦਾ। ਦੁਬਾਰਾ ਕਰਦਾ, ਨਿਮਰਤ ਮੈਂ ਤੈਨੂੰ ਬਹੁਤ ਪਿਆਰ ਕਰਦਾ। ਨਹੀਂ ਯਾਰ, ਬਣ ਨਹੀਂ ਰਹੀ ਗੱਲ, ਇੱਕ ਤਾਂ ਫੀਲਿੰਗ ਨਹੀਂ ਆ ਰਹੀ। ਕਮਾਲ ਹੈ ਅੰਮ੍ਰਿਤ ਯਾਰ, ਵੈਸੇ ਜ਼ਿੰਦਗੀ ਭਰ ਦੀਆਂ ਫੁਕਰੀਆਂ ਬੋਲਦਾ ਰਹਿੰਦਾ, ਹੁਣ ਜਦੋਂ ਪਿਆਰ ਦਾ ਜ਼ਾਹਿਰ ਕਰਨ ਵਾਲਾ ਮਾਮਲਾ ਤਾਂ ਹੁਣ ਤੇਰੇ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ। ਦੁਬਾਰਾ ਟਰਾਈ ਕਰਦਾ। ਨਿਮਰਤ, ਨਹੀਂ ਯਾਰ ਕੀ ਕਰਾਂ। ਨਿਮਰਤ ਤੂੰ ਇੱਥੇ? ਆਪ ਤਾਂ ਫੋਨ ਕਰਕੇ ਬੁਲਾਇਆ। ਮੈਂ ਫੋਨ ਕਰਕੇ ਬੁਲਾਇਆ? ਓ ਹਾਂ, ਮੈਂ ਹੀ ਫੋਨ ਕਰਕੇ ਬੁਲਾਇਆ ਸੀਗਾ। ਕੀ ਕੰਮ ਸੀ? ਕੰਮ? ਮੈਂ ਗੱਲ ਕਰਨੀ ਸੀ। ਦੇਖ ਨਿਮਰਤ, ਹੱਥ ਦਿਖਾਈ ਆਪਣਾ। ਹੱਥ ਜ਼ਿਆਦਾ ਭਾਰੀ ਤਾਂ ਹੈ ਨਹੀਂ, ਵੈਸੇ ਮੇਰੀ ਨਾ ਸੱਜੀ ਦਾੜ੍ਹ 'ਤੇ ਬਹੁਤ ਦਰਦ ਹੁੰਦਾ। ਠੀਕ ਆ, ਮੈਂ ਨਾ ਵੈਸੇ ਦੱਸ ਰਿਹਾ ਤੈਨੂੰ, ਮੈਂ ਤੈਨੂੰ ਕਹਿਣਾ ਸੀ, ਮੈਂ ਨਾ ਤੈਨੂੰ ਬਹੁਤ ਪਿਆਰ ਕਰਦਾ। ਸੱਚੀ? ਹਾਂ ਸੱਚੀ ਪਿਆਰ ਕਰਦਾ। ਸਾਰੀ ਜ਼ਿੰਦਗੀ ਫਿਰ ਮੈਨੂੰ ਇੰਨਾ ਹੀ ਪਿਆਰ ਕਰੇਗਾ? ਇੰਨਾ? ਮੈਂ ਤਾਂ ਇਸ ਤੋਂ ਵੀ ਜ਼ਿਆਦਾ ਕਰੂੰਗਾ। ਸਾਰੀ ਉਮਰ ਮੈਨੂੰ ਖੁਸ਼ ਵੀ ਰੱਖੇਗਾ? ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਰੱਖੂੰਗਾ, ਤੇਰੀ ਖੁਸ਼ੀ ਤੋਂ ਜ਼ਿਆਦਾ, ਦੋਹਾਂ ਦੀ ਖੁਸ਼ੀ ਦਾ ਖਿਆਲ ਰੱਖੂੰਗਾ ਤੇ ਕਦੀ ਲੜੂੰਗਾ ਵੀ ਨਹੀਂ। ਗੋਰੀਆਂ ਦਾ ਕੀ ਬਣੂ? ਗੋਰੀਆਂ? ਗੋਰੀਆਂ ਆਪਣੇ ਗੋਰੇ ਨਾਲ ਖੁਸ਼, ਮੈਂ ਤੇਰੇ ਨਾਲ ਖੁਸ਼। ਤੇ ਉਹਨਾਂ ਨੂੰ ਮੁੜ ਮੁੜ ਕੇ ਵੀ ਨਹੀਂ ਦੇਖੇਗਾ? ਲੈ ਕਦੇ ਵੀ ਨਹੀਂ, ਹੁਣ ਤਾਂ ਬਸ ਜ਼ਿੰਦਗੀ ਭਰ ਨਾ ਤੈਨੂੰ ਪਿਆਰ ਕਰਨਾ, ਤੇਰੀਆਂ ਖੁਸ਼ੀਆਂ ਦਾ ਖਿਆਲ ਰੱਖਣਾ, ਤੇ ਜੇ ਮੁੜ ਕੇ ਦੇਖਣਾ ਤੇ ਮੁੜ ਮੁੜ ਕੇ ਸਿਰਫ ਤੈਨੂੰ ਹੀ ਦੇਖਣਾ, ਤੇ ਫਿਰ ਮੈਂ ਹਾਂ ਸਮਝਾਂ। ਹੁਣ ਤਾਂ ਮੈਂ ਡੈਡੀ ਨੂੰ ਫੋਨ ਕਰ ਹੀ ਦਿੰਦਾ। ਉਹ ਕਹਿੰਦੇ ਸੀਗੇ, ਕਾਕਾ ਜਦੋਂ ਕੁੜੀ ਪਸੰਦ ਆ ਗਈ ਨਾ ਦੱਸ ਦੇਈ। ਹਾਂਜੀ ਡੈਡੀ, ਕੁੜੀ ਨੇ ਹਾਂ ਕਰਤੀ, ਟਿਕਟ ਕਰਾਓ ਤੇ ਆ ਜਾਓ ਕੈਨੇਡਾ। ਸਾਡੇ
ਕਰਦੇ ਸ਼ਰਾਰਤਾਂ, ਬੁੱਝੀਆਂ ਨਾ ਜਾਣ ਸਾਥੋਂ ਇਸ਼ਕ ਬੁਝਾਰਤਾਂ, ਬੁੱਝੀਆਂ ਨਾ ਜਾਣ ਸਾਥੋਂ ਇਸ਼ਕ ਬੁਝਾਰਤਾਂ। ਖੰਭਾ ਤਾਂ ਬਣਦੇ ਡਾਰ, ਮੁੜ ਮੁੜ ਕੇ ਨਾ ਵੇਖਵੇ ਕਿਤੇ ਹੋ ਨਾ ਜਾਵੇ ਪਿਆਰ, ਮੁੜ ਮੁੜ ਕੇ ਨਾ ਵੇਖਵੇ ਕਿਤੇ ਹੋ ਨਾ ਜਾਵੇ ਪਿਆਰ, ਮੁੜ ਮੁੜ ਕੇ ਨਾ ਵੇਖ ਕਿਤੇ ਹੋ ਨਾ ਜਾਵੇ ਪਿਆਰ, ਮੁੜ ਮੁੜ ਕੇ ਨਾ ਵੇਖਵੇ। ਦਿਲ ਨਾ ਜੇ ਮਿਲ ਜਾਵੇ, ਦਿਲ ਦਿਲਦਾਰ ਦਾ ਵੱਖਰਾ ਅਹਿਸਾਸ ਹੁੰਦਾ, ਹੋਈਆਂ ਅੱਖਾਂ ਚਾਰ ਦਾ ਵੱਖਰਾ ਅਹਿਸਾਸ ਹੁੰਦਾ, ਹੋਈਆਂ ਅੱਖਾਂ ਚਾਰ ਦਾ। ਫੁੱਲਾਂ ਤੇ ਖਿਲੇ ਬਹਾਰ, ਫੁੱਲਾਂ ਤੇ ਖਿਲੇ ਬਹਾਰ, ਸੋਹਣੀਏ ਇੱਕ ਵਾਰੀ ਤੂੰ ਕਰਕੇ ਵੇਖ ਲੈ ਪਿਆਰ, ਸੋਹਣੀਏ ਇੱਕ ਵਾਰੀ ਤੂੰ ਕਰਕੇ ਵੇਖ ਲੈ ਪਿਆਰ, ਸੋਹਣੀਏ ਇੱਕ ਵਾਰੀ ਤੂੰ ਕਰਕੇ ਵੇਖ ਲੈ ਪਿਆਰ, ਸੋਹਣੀਏ ਇੱਕ ਵਾਰੀ। ਜ਼ਿੰਦਗੀ ਚ ਡਾਡਾ ਰੱਬ ਜਾਣਦਾ, ਇਸ਼ਕ ਚ ਆਸ਼ਿਕਾਂ ਦੇ ਹੁੰਦਾ ਨਾ ਕੋਈ ਹਾਣਦਾ, ਇਸ਼ਕ ਚ ਆਸ਼ਿਕਾਂ ਦੇ ਹੁੰਦਾ ਨਾ ਕੋਈ ਹਾਣਦਾ, ਹੁੰਦਾ ਨਾ ਕੋਈ ਹਾਣ। ਉੱਤੋਂ ਜੁੜ ਕੇ ਆਵੇ ਤਾਰ, ਜੁੜ ਕੇ ਆਵੇ ਤਾਰ, ਸੋਹਣੀਏ ਇੱਕ ਵਾਰੀ ਤੂੰ ਕਰਕੇ ਵੇਖ ਲੈ ਪਿਆਰ, ਸੋਹਣੀਏ ਇੱਕ ਵਾਰੀ ਕਿਤੇ ਹੋ ਨਾ ਜਾਵੇ ਪਿਆਰ, ਮੁੜ ਮੁੜ ਕੇ ਨਾ ਵੇਖਵੇ ਤੂੰ ਕਰਕੇ ਵੇਖ ਲੈ ਪਿਆਰ, ਸੋਹਣੀਏ ਇੱਕ ਵਾਰੀ ਕਰਕੇ ਵੇਖ ਲੈ ਪਿਆਰ, ਸੋਹਣੀਏ ਇੱਕ ਵਾਰੀ। ਹੈਲੋ ਨਿਮਰਤ, ਤੁਹਾਡੀ ਕਾਫੀ। ਥੈਂਕ ਯੂ। ਵੈਸੇ ਨਿਮਰਤ, ਹਾਂਜੀ, ਆ ਜਿਹੜੀਆਂ ਟਿਮ ਹੋਟਲ ਦੀ ਕਾਫੀ ਹੈ ਨਾ, ਆ ਸਿਰਫ ਵਿਆਹ ਤੋਂ ਪਹਿਲਾਂ ਪੀ ਲਓ ਜਣੀਆਂ ਪੀਣੀਆਂ। ਪੁੱਛੋ ਕਿਉਂ? ਕਿਉਂ? ਕਿਉਂਕਿ ਵਿਆਹ ਤੋਂ ਬਾਅਦ ਨਾ ਤੁਹਾਡੇ ਗੁਲਾਮ ਨੇ ਐਵਰੀ ਮਾਰਨਿੰਗ ਬੈਟੀ ਤੁਹਾਡੇ ਕੋਲ ਲੈ ਕੇ ਆਇਆ ਕਰਨੀ ਆ, ਆਪ ਆਪਣੇ ਹੱਥਾਂ ਨਾਲ ਬਣਾ ਕੇ। ਅੱਛਾ ਜੀ। ਹਾਂਜੀ, ਵਿਆਹ ਤੋਂ ਪਹਿਲਾਂ ਸਾਰੇ ਇੱਦਾਂ ਹੀ ਕਹਿੰਦੇ ਨੇ, ਵਿਆਹ ਤੋਂ ਬਾਅਦ ਦੇਖਾਂਗੇ। ਤੁਹਾਨੂੰ ਲੱਗਦਾ ਕਿ ਮੁੰਡੇ ਜੋ ਵਿਆਹ ਤੋਂ ਪਹਿਲੇ ਗੱਲਾਂ ਕਹਿੰਦੇ ਨੇ ਉਹ ਵਿਆਹ ਤੋਂ ਬਾਅਦ ਨਹੀਂ ਹੁੰਦੀਆਂ ਨਾ? ਪਤਾ ਕਿਉਂ ਨਹੀਂ ਹੁੰਦੀਆਂ? ਕਿਉਂ? ਕਿਉਂਕਿ ਸਾਰੇ ਅੰਮ੍ਰਿਤ ਵਰਗੇ ਨਹੀਂ। ਅੰਮ੍ਰਿਤ ਜੋ ਤੁਹਾਨੂੰ ਹੁਣ ਕਹਿ ਰਿਹਾ ਨਾ, ਵਿਆਹ ਤੋਂ ਬਾਅਦ ਵੀ ਉਵੇਂ ਹੀ ਕਰੂੰਗਾ। ਓ ਰੀਅਲੀ? ਬਾਕੀ ਤੁਸੀਂ ਵਿਆਹ ਤੋਂ ਬਾਅਦ ਦੇਖ ਲਿਓ। ਚੀਅਰਸ।
ਅੰਮ੍ਰਿਤ ਹੂੰ ਕੰਮ ਕਰ ਲਓ। ਗੋਲੀ ਮਾਰ ਕੰਮ ਨੂੰ, ਤੂੰ ਕਿਹੜਾ ਰੋਜ਼ ਰੋਜ਼ ਆਉਣਾ? ਫੇਰ ਕਹਿਣਾ ਮੇਰਾ ਕੰਮ ਰਹਿ ਗਿਆ। ਕੋਈ ਨਾ, ਕੰਟੀਨਿਊ। ਬਾਈ ਬਲਦੇਵ ਸਿਆ, ਬੈਠੇ ਤੇ ਅਸੀਂ ਕੈਨੇਡਾ 'ਚ ਆ, ਲੇਕਿਨ ਲੱਗਦਾ ਨਿਰਾ ਪੰਜਾਬ ਹੀ ਆ। ਬਿਲਕੁਲ ਜੀ, ਪੰਜਾਬੀਆਂ ਨੇ ਆ ਕੇ ਕੈਨੇਡਾ ਦੇ ਵਿੱਚ ਵੀ ਆਪਦਾ ਹੀ ਪੰਜਾਬ ਬਣਾ ਲਿਆ। ਬਿਲਕੁਲ ਸਹੀ ਕਿਹਾ ਤੁਸੀਂ। ਤਾਪ ਬਲਦੇਵ ਦਾ ਬਾਹਰੋਂ ਤਾਂ ਰੰਗ ਢੰਗ ਗੋਰਾ ਲੱਗਦਾ, ਪਰ ਅੰਦਰੋਂ ਹੈਗਾ ਪੱਕਾ ਪੰਜਾਬੀ। ਸਹੀ ਕਿਹਾ ਤੁਸੀਂ। ਭੈਣ ਜੀ, ਆਪਾਂ ਤਾਂ ਬਹੁਤ ਭਾਗਾਂ ਵਾਲੇ ਹਾਂ, ਸਾਨੂੰ ਅੰਮ੍ਰਿਤ ਵਰਗਾ ਮੁੰਡਾ ਮਿਲਿਆ। ਭੈਣ ਜੀ, ਅਸੀਂ ਵੀ ਬਹੁਤ ਖੁਸ਼ ਨਸੀਬ ਹਾਂ ਜਿਨ੍ਹਾਂ ਨੂੰ ਨਿਰਮਤ ਵਰਗੀ ਨੌ ਮਿਲੀ। ਬਿਲਕੁਲ ਜੀ, ਹੁਣ ਤਾਂ ਪਰਮਾਤਮਾ ਕਰੇ ਇਹਨਾਂ ਦੀ ਜੋੜੀ ਸਲਾਮਤ ਰਹੇ ਤੇ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਨ। ਜਿੱਦਾਂ ਅਸੀਂ ਆਪਣੀ ਕੱਟੀ ਆ, ਇਹ ਵੀ ਕੱਟ ਲੈਣਗੇ। ਦੇਖਿਆ ਜਿੱਦਾਂ ਕੱਟੀ ਆ। ਅੰਮ੍ਰਿਤ ਉੱਠ ਜੋ, ਚਾਹ ਰੈਡੀ ਹੋ ਗਈ। ਅੰਮ੍ਰਿਤ, ਫੇਰ ਕਹੋਗੇ ਲੇਟ ਹੋ ਗਏ, ਉੱਠ ਜੋ ਹੁਣ, ਫੇਰ ਕਹਿਣਾ ਮੈਨੂੰ ਉਠਾਇਆ ਨਹੀਂ। ਹੁਣ ਉੱਠ ਜੋ, ਫੇਰ ਕਹਿਣਾ ਮੈਂ ਕੰਮ ਲਈ ਲੇਟ ਹੋ ਗਿਆ, ਹੁਣ ਤੁਸੀਂ ਉੱਠ ਨਹੀਂ ਰਹੇ, ਤੁਹਾਨੂੰ ਇੰਨੀ ਨੀਂਦ ਪਿਆਰੀ ਹੈਗੀ। ਬੈਟੀ ਦੇ ਵਾਅਦੇ ਕਰਨ ਵਾਲੇ ਆਰਾਮ ਨਾਲ ਸੁੱਤੇ ਪਏ ਨੇ। ਆ ਜਿਹੜੀਆਂ ਟੇਮ ਹੋਟਲ ਦੀਆਂ ਕੌਫੀ ਹੈ ਨਾ, ਆ ਸਿਰਫ ਵਿਆਹ ਤੋਂ ਪਹਿਲਾਂ ਪੀ ਲਓ ਜਿਹੀਆਂ ਪੀਣੀਆਂ। ਪੁੱਛੋ ਕਿਉਂ? ਕਿਉਂ? ਕਿਉਂਕਿ ਵਿਆਹ ਤੋਂ ਬਾਅਦ ਨਾ ਤੁਹਾਡੇ ਗੁਲਾਮ ਨੇ ਐਵਰੀ ਮਾਰਨਿੰਗ ਬੈਟੀ ਤੁਹਾਡੇ ਕੋਲ ਲੈ ਕੇ ਆਇਆ ਕਰਨੀ ਆ, ਆਪ ਆਪਣੇ ਹੱਥਾਂ ਨਾਲ ਬਣਾ ਕੇ। ਬੈਟੀ ਨਾਲੋਂ ਤਾਂ ਟੇਮ ਹੋਟਲ ਹੀ ਵਧੀਆ ਸੀ, ਬਸ ਗੱਲਾਂ ਹੀ ਸੀ। ਉੱਠ ਜਾਓ ਅੰਮ੍ਰਿਤ, ਪਲੀਜ਼ ਉੱਠੋ, ਏਦਾਂ ਨਹੀਂ ਉੱਠਣਾ ਇਹਨਾਂ ਨੇ ਮੈਨੂੰ ਲੱਗਦਾ। ਅੱਗ ਲੱਗੀ, ਓਏ ਅੱਗ ਲੱਗੀ, ਓਏ ਲੱਗੀ, ਅੱਗ ਲੱਗੀ। ਕੋਈ ਅੱਗ ਨਹੀਂ ਲੱਗੀ, ਚਾਹ ਦਾ ਕੱਪ ਹੈ। ਕੀ ਨਿਮਰਤ ਯਾਰ, ਕਿੰਨੀ ਵਾਰੀ ਗਿਆ, ਥੋੜਾ ਪਿਆਰ ਨਾ ਉਠਾ ਦਿਆ ਕਰ। ਮੈਂ ਨਾ 15 ਮਿੰਟਾਂ ਦੀ ਤੁਹਾਨੂੰ ਪਿਆਰ ਨਾਲ ਹੀ ਆਵਾਜ਼ਾਂ ਮਾਰ ਰਹੀ ਹਾਂ, ਪਰ ਤੁਹਾਨੂੰ ਘਰ ਵਾਲੀ ਨਾਲੋਂ ਜ਼ਿਆਦਾ ਨੀਂਦ ਪਿਆਰੀ ਹੈ। ਓ ਕਮਲੀਏ, ਤੇਰੇ ਤਾਂ ਸੁਪਨੇ ਦੇਖਦਾ, ਤਾਂ ਹੀ ਤਾਂ ਉੱਠਣ ਨੂੰ ਦਿਲ ਨਹੀਂ ਕਰਦਾ। ਰੀਅਲੀ? ਹੋਰ ਕੀ, ਐਵੇਂ ਉਹੀ ਮਾਰੀ ਜਾਂਦੇ ਹੋ। ਹੁਣ ਨਾ ਫੁੱਲੀਆਂ ਪਕਾਉਣੀਆਂ ਬੰਦ ਕਰੋ ਤੇ ਰੈਡੀ ਹੋ, ਤੁਸੀਂ ਵੀ ਕੰਮ ਤੇ ਜਾਣਾ ਤੇ ਮੈਂ ਵੀ ਕੰਮ ਤੇ ਜਾਣਾ। ਅੰਨਾ ਮੇਰੀ ਗੱਲ ਸੁਣ, ਆ ਜਿੰਨਾ ਧਿਆਨ ਤੂੰ ਆਪਣੇ ਕੰਮ ਤੇ ਦਿੰਨੀ ਆ, ਇੰਨਾ ਧਿਆਨ ਆਪਣੇ ਘਰ ਵੱਲ ਤੇ ਵੀ ਦੇ ਦਿਆ ਕਰ ਕਦੇ। ਕੋਈ ਨਾ, ਵੀਕਐਂਡ ਤੇ ਧਿਆਨ ਦਊਂਗੀ। ਅੱਛਾ, ਪਤਾ ਨਹੀਂ ਇਹੋ ਜਿਹਾ ਵੀਕਐਂਡ ਆਣਾ ਕਦੋਂ ਹੈ। ਚਾਹ ਪੀ ਲਾ ਤੂੰ ਕਾਕਾ। ਬਾਕੀ ਗੱਲਾਂ ਦੀਆਂ ਗੱਲਾਂ, ਇਹ ਚਾਹ ਸਵਾਦ ਹੀ ਪਿਲਾਉਂਦੀ ਹੈ। ਉਹ ਅੰਮ੍ਰਿਤ, ਤੂੰ ਵੀ ਹੋ ਜਾ ਤਿਆਰ, ਨਹੀਂ ਤਾਂ ਤੂੰ ਵੀ ਹੋ ਜਾਏਗਾ ਲੇਟ। ਬਈ ਦੇਵੀ ਬਾਈ, ਅੰਮ੍ਰਿਤ ਨੂੰ ਦੇਖ ਕੇ ਕਹਿ ਦੂ ਵੀ ਇਹਦਾ ਵਿਆਹ ਹੋਇਆ ਹੋਇਆ, ਜਿੰਨਾ ਇਹ ਖੁਸ਼ ਰਹਿੰਦਾ ਇੰਨਾ ਤਾਂ ਬੰਦਾ ਕੁਆਰੇ ਟਾਈਮ ਨਹੀਂ ਖੁਸ਼ ਰਹਿੰਦਾ। ਓ ਬਾਈ, ਹਲੇ ਤਾਜ਼ਾ ਤਾਜ਼ਾ ਵਿਆਹ ਹੋਇਆ, ਪਤਾ ਤਾਂ ਫੇਰ ਲੱਗੂ ਟਾਈਮ ਪੈ ਲੈਂਦੇ ਥੋੜ੍ਹਾ। ਬੀਬੀ ਭਾਜੀ, ਤਾਜ਼ੇ ਲੱਡੂਆਂ ਦਾ ਕੀ ਸਵਾਦ ਆ, ਤੇ ਲੱਡੂਆਂ ਦਾ ਕੀ ਸਵਾਦ ਆ। ਇੱਕ ਮਿੰਟ ਜੀ, ਨਿਮਰਤ ਦਾ ਫੋਨ ਹੈ ਜੀ। ਹਾਂ ਨਿਮਰਤ, ਹਾਂਜੀ, ਠੀਕ ਆ, ਮੈਂ ਛੇਤੀ ਆ ਜੂੰਗਾ। ਚੰਗਾ, ਓਕੇ ਬਾਈ ਜੀ।
ਅੱਜ ਇਹ ਬੰਦਾ ਜਾਊ ਛੇਤੀ ਘਰ। ਉਹ ਨਾ ਨਾ ਬਾਈ ਜੀ, ਘਰ ਬਾਅਦ ਚੋਂ ਪਹਿਲਾਂ ਕੰਮ। ਅੰਮ੍ਰਿਤ ਕੰਮ ਦਾ ਤਾਂ ਸਰਜੂ, ਕਿਤੇ ਨਿਮਰਤ ਨੂੰ ਗੁੱਸੇ ਨਾ ਕਰ ਲਈ। ਦੇਖੀ ਫਿਰ ਰਾਤ ਨੂੰ ਨਾ ਕਹੀ ਬਾਈ ਚੱਕ ਲਓ ਹੁਣ ਦਰਾਂ ਮੂਹਰੇ ਖੜਾ। ਜਨਾਬ। ਹਾਂਜੀ। ਆਲੋ ਟਿੱਲਾਓ ਆਪਣਾ ਟੀਵੀ ਸੀਰੀਅਲ। ਨਹੀਂ ਨਹੀਂ ਤੁਸੀਂ ਦੇਖੋ ਮੈਚ। ਓਹੋ ਮੈਚ ਦਾ ਕੀ ਆ, ਇਹ ਤਾਂ ਆਉਂਦਾ ਹੀ ਰਹਿੰਦਾ। ਤੁਸੀਂ ਟੀਵੀ ਸੀਰੀਅਲ ਲਾਓ। ਨਹੀਂ ਨਹੀਂ ਇਟਸ ਓਕੇ। ਲਾ ਲਓ। ਸੱਚੀ? ਉਹ ਮੈਂ ਕਹਿੰਦਾ ਮੁੱਚੀ ਯੂ ਆਰ ਸੋ ਸਵੀਟ। ਮੈਨੂੰ ਤਾਂ ਟੀਵੀ ਸੀਰੀਅਲ ਪਸੰਦ ਹੀ ਬਹੁਤ ਆ, ਮੈਂ ਤਾਂ ਬਹੁਤ ਦੇਖਦਾ। ਹਾਂ ਇਹੀ ਲੇਡੀ ਹੈ ਨਾ ਜਿਹਨੇ ਪਿਛਲੀ ਵਾਰੀ ਆਪਣੇ ਘਰ ਨੂੰ ਮਾਰਤਾ ਸੀ। ਮਜ਼ਾਕ ਕਰਦਾ, ਇਹ ਕਿਹੜਾ ਅਸਲੀ ਹੁੰਦੇ ਆ, ਇਹ ਪੱਕਾ ਫੇਕਟਾ ਕਪੂਰ ਨੇ ਬਣਾਇਆ ਹੋਣਾ। ਵਾਹ। ਓ ਸ਼ਿਟ, ਕੈਚ ਛੱਡਤੀ। ਜਦੋਂ ਦੇਖੋ ਬਸ ਮੈਚ ਹੀ ਮੈਚ, ਕਦੇ ਘਰ ਵਾਲੀ ਵੱਲ ਵੀ ਧਿਆਨ ਦੇ ਲਿਆ ਕਰੋ। ਓ ਡਾਰਲਿੰਗ, ਆ ਮੈਚ ਤਾਂ ਸਿਰਫ ਬਹਾਨਾ, ਧਿਆਨ ਤਾਂ ਸਾਰਾ ਤੁਹਾਡੇ ਵੱਲ ਹੀ ਆ। ਨਾਲ ਤੁਹਾਨੂੰ ਪਤਾ ਮੇਰੇ ਲਈ ਨਾ ਸਭ ਤੋਂ ਪਹਿਲਾਂ ਤੁਸੀਂ ਹੋ, ਆ ਬਾਕੀ ਸਾਰੀਆਂ ਚੀਜ਼ਾਂ ਨਾ ਬਾਅਦ 'ਚ। ਅੱਛਾ ਜੀ, ਇੰਨਾ ਪਿਆਰ। ਹਾਂਜੀ ਬਿਲਕੁਲ। ਨਿਮਰਤ, ਮੈਂ ਕਿਹਾ ਮੈਡਮ ਨੂੰ ਸਰਪ੍ਰਾਈਜ਼ ਦੇ ਦਈਏ ਘਰ ਜਲਦੀ ਆ ਕੇ। ਕਿੱਥੇ ਹੋ ਨਿਮਰਤ? ਲੱਗਦਾ ਘਰ ਹੈ ਨਹੀਂ। ਕਮਾਲ, ਅੱਜ ਮੈਂ ਘਰ ਜਲਦੀ ਆਇਆ ਅਤੇ ਮੈਡਮ ਜੀ ਪਤਾ ਨਹੀਂ ਕਿੱਥੇ ਗਵਾਚੇ ਹੋਏ ਨੇ। ਹੈਲੋ। ਹਾਂਜੀ ਅੰਮ੍ਰਿਤ, ਕਿੱਥੇ ਹੋ ਮੈਡਮ ਜੀ? ਅੰਮ੍ਰਿਤ ਅੱਜ ਨਾ ਪ੍ਰਭ ਦਾ ਬਰਥਡੇ ਸੀ, ਇਸ ਲਈ ਅਸੀਂ ਸਾਰੇ ਫਰੈਂਡਸ ਵਾਈਟ ਰੌਕ ਆਏ ਹਾਂ। ਮੈਂ ਅੱਜ ਛੇਤੀ ਘਰ ਆਇਆ, ਇਹ ਸੋਚ ਕੇ ਹੇੜੇ ਨਾ ਤਾਂ ਚੱਲਾਂਗੇ। ਸੋਰੀ ਅੰਮ੍ਰਿਤ, ਜੇ ਤੁਸੀਂ ਪਹਿਲਾਂ ਦੱਸਿਆ ਹੁੰਦਾ ਮੈਂ ਪਲਾਨ ਨਹੀਂ ਸੀ ਬਣਾਉਣਾ, ਹੁਣ ਤਾਂ ਮੈਂ ਲੇਟ ਹੋ ਜੂ। ਚੱਲ ਠੀਕ ਆ, ਟਰਾਈ ਕਰੀ ਛੇਤੀ ਆਉਣ ਦੀ। ਠੀਕ ਆ? ਠੀਕ ਆ, ਮੈਂ ਟਰਾਈ ਕਰਦੀ ਹਾਂ। ਚੰਗਾ। ਨਿਮਰਤ ਵੀ ਕਮਾਲ ਆ, ਉਦਾਂ ਕਹਿੰਦੀ ਰਹਿੰਦੀ ਆ ਕਿ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ, ਜੇ ਜਲਦੀ ਘਰ ਆਇਆ ਤੇ ਮੈਡਮ ਜੀ ਘਰੇ ਆ ਨਹੀਂ। ਚੱਲ ਥੋੜ੍ਹੀ ਦੇਰ ਸੋ ਹੀ ਜਾਂਦੇ ਹਾਂ, ਆਜੂੰਗੀ ਥੋੜ੍ਹੀ ਦੇਰ ਤੱਕ। ਆਈ ਨਹੀਂ ਹਾਲੇ ਤੱਕ। ਹਾਏ, ਬੜੀ ਜਲਦੀ ਆ ਗਈ ਹੈ। ਓਹੋ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਜਾਣਾ ਹੀ ਨਹੀਂ ਸੀ। ਅੱਛਾ, ਵੈਸੇ ਜੇ ਪਤਾ ਲੱਗ ਵੀ ਗਿਆ ਤਾਂ ਵੀ ਕਿਹੜਾ ਜਲਦੀ ਆ ਗਈ ਹੈ। ਓ ਤੈਨੂੰ ਲੱਗਦਾ ਮੈਂ ਜਾਣ ਕੇ ਲੇਟ ਆਈ ਹਾਂ? ਇਹੋ ਜਿਹਾ ਕੁਛ ਨਹੀਂ ਲੱਗਦਾ, ਪਰ ਹਾਂ ਇੱਦਾਂ ਜ਼ਰੂਰ ਲੱਗਦਾ ਕਿ ਤੈਨੂੰ ਮੇਰੇ ਤੋਂ ਜ਼ਿਆਦਾ ਨਾ ਆਪਣੇ ਫਰੈਂਡਸ ਇੰਪੋਰਟੈਂਟ ਹੈ। ਗੱਲ ਇੰਪੋਰਟੈਂਸ ਦੀ ਤਾਂ ਹੈ ਹੀ ਨਹੀਂ, ਇਹ ਚੰਗਾ ਕੰਮ ਹੈ ਜਦੋਂ ਆਪਣਾ ਦਿਲ ਕੀਤਾ ਉਦੋਂ ਪਲਾਨ ਬਣਾ ਲਿਆ ਤੇ ਜਦੋਂ ਮੈਂ ਕਿਹਾ ਉਦੋਂ ਤੇਰੇ ਆਫਿਸ ਦੇ ਕੰਮ ਹੀ ਨਹੀਂ ਮੁੱਕਦੇ। ਅੱਜ ਨਾ ਉਹੀ ਆਫਿਸ ਦੇ ਕੰਮਾਂ ਨੂੰ ਸਾਈਡ ਤੇ ਰੱਖ ਕੇ ਘਰੇ ਛੇਤੀ ਆਇਆ ਸੀ ਤਾਂ
ਕਿ ਤੈਨੂੰ ਸਰਪ੍ਰਾਈਜ਼ ਦਵਾਂ ਤੇ ਆਪਾਂ ਇਕੱਠੇ ਡਿਨਰ ਤੇ ਜਾਈਏ, ਪਰ ਨਾ ਤੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ। ਓ ਸੌਰੀ ਜੇ ਮੈਂ ਤੇਰਾ ਸਰਪ੍ਰਾਈਜ਼ ਖਰਾਬ ਕੀਤਾ, ਵੈਸੇ ਵੀ ਮੈਂ ਬਹੁਤ ਥੱਕ ਗਈ ਹਾਂ, ਆਪਾਂ ਫੇਰ ਲੜਾਈ ਕਰ ਲਾਂਗੇ। ਮੇਰੀ ਚਾਹ ਨਹੀਂ ਬਣਾਈ? ਆਪੇ ਬਣਾ ਲੈ। ਸੌਰੀ ਅੰਮ੍ਰਿਤ, ਰਾਤ ਕੁਝ ਜ਼ਿਆਦਾ ਗੁੱਸੇ 'ਚ ਬੋਲ ਗਈ ਸੀ। ਇਟਸ ਓਕੇ, ਵੈਸੇ ਨਾ ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਆ, ਪਰ ਇੱਕ ਗੱਲ ਸਮਝ ਆ ਗਈ ਕਿ ਗਾਂ ਤੋਂ ਨਾ ਤੈਨੂੰ ਸਰਪ੍ਰਾਈਜ਼ ਦੇਣ ਤੋਂ ਪਹਿਲਾਂ ਤੈਨੂੰ ਫੋਨ ਕਰਕੇ ਪੁੱਛ ਲਿਆ ਕਰੂੰ ਕਿ ਨਿਮਰਤ ਜੀ ਤੁਹਾਨੂੰ ਸਰਪ੍ਰਾਈਜ਼ ਦੇਵਾਂ ਕਿ ਨਾ ਦੇਵਾਂ। ਪਲੀਜ਼ ਯਾਰ, ਹੁਣ ਦੁਬਾਰਾ ਨਾ ਸ਼ੁਰੂ ਹੋ ਜਾ। ਮੈਂ ਨਾ ਸ਼ੁਰੂ, ਡੈਡੀ ਦਾ ਫੋਨ ਆ। ਹਾਂਜੀ ਡੈਡੀ, ਸਤਿ ਸ਼੍ਰੀ ਅਕਾਲ। ਮੈਂ ਠੀਕ ਹਾਂ, ਤੁਸੀਂ ਸੁਣਾਓ। ਇਹ ਤਾਂ ਬਹੁਤ ਵਧੀਆ ਹੋ ਗਿਆ ਡੈਡੀ ਫਿਰ ਤਾਂ। ਹਾਂ ਕਰਾਓ ਬੇਬੇ ਨਾਲ ਗੱਲ ਕਰਾਓ। ਸਤਿ ਸ਼੍ਰੀ ਅਕਾਲ ਮਾਤਾ, ਠੀਕ ਹੋ? ਹਾਂ ਗੋਲੀ ਬੈਠੀ ਆ, ਆ ਕਰ ਲਓ ਗੱਲ, ਕਰੋ ਜੀ ਗੱਲ। ਸਤਿ ਸ਼੍ਰੀ ਅਕਾਲ ਮੰਮੀ ਜੀ, ਫਿਰ ਕਦੋਂ ਆ ਰਹੇ ਹੋ? ਕਰਦੇ ਤਾਂ ਹੈ, ਪਰ ਮੈਂ ਮੈਨੇਜ ਕਰ ਲੈਂਦੀ ਹਾਂ। ਸ਼ਿਕਾਇਤਾਂ ਹੀ ਲਾਉਂਦੀ ਰਿਹਾ ਕਰ ਬਸ ਮੇਰੀਆਂ। ਓਕੇ ਮੰਮੀ ਜੀ, ਸਤਿ ਸ਼੍ਰੀ ਅਕਾਲ। ਵੈਸੇ ਹੁਣ ਇੱਕ ਕੰਮ ਤਾਂ ਹੋ ਗਿਆ ਮੇਰਾ, ਹੁਣ ਤਾਂ ਮਾਤਾ ਆ ਰਹੀ ਆ ਅਤੇ ਰੋਟੀਆਂ ਨਾ ਹੁਣ ਮਾਤਾ ਦੇ ਹੱਥਾਂ ਦੀਆਂ ਬਣੀਆਂ ਖਾਇਆ ਕਰੂੰਗਾ ਮੈਂ ਤਾਂ, ਗਰਮਾ ਗਰਮ ਅਤੇ ਪਿਆਰ ਨਾਲ ਭਰੀਆਂ। ਇੱਦਾਂ ਕਰੋ ਫਿਰ, ਜਿੰਨੀ ਦੇਰ ਤੱਕ ਮਾਤਾ ਜੀ ਨਹੀਂ ਆਉਂਦੇ ਉਨੀ ਦੇਰ ਤੱਕ ਆਪਣੇ ਹੱਥਾਂ ਦੀਆਂ ਗਰਮ ਗਰਮ ਰੋਟੀਆਂ ਖਾ ਲਿਆ। ਉਹ ਨਹੀਂ ਨਹੀਂ, ਮੈਂ ਇੱਦਾਂ ਵੀ ਨਹੀਂ ਕਿਹਾ, ਉਹ ਰੋਟੀਆਂ ਤਾਂ ਤੇਰੀਆਂ ਵੀ ਬਹੁਤ ਸਵਾਦ ਹੁੰਦੀਆਂ, ਪੂਰਾ ਪਿਆਰ ਭਰਿਆ ਹੁੰਦਾ ਰੋਟੀਆਂ 'ਚ, ਤੂੰ ਇੰਨਾ ਨਾ ਸੋਚਿਆ ਕਰ, ਮੈਂ ਤਾਂ ਮਜ਼ਾਕ ਕਰਦਾ ਸੀ। ਚਾਹ ਬਣਾ ਕੇ ਲਿਆਵਾਂ? ਹਾਂਜੀ ਬਣਾ ਲਿਆਓ। ਸੱਚੀ ਬਣਾ ਕੇ ਲਿਆਵਾਂ? ਬਣਾ ਲਾ ਯਾਰ ਆਪੇ। ਅੰਮ੍ਰਿਤ, ਅੱਜ ਸ਼ਾਮ ਦੀ ਮੀਟਿੰਗ ਨਾ ਭੁੱਲ ਜੀ, ਬਹੁਤ ਇੰਪੋਰਟੈਂਟ ਆ। ਬਾਈ ਜੀ ਇੰਪੋਰਟੈਂਟ ਤਾਂ ਠੀਕ ਆ, ਆ ਮੁੱਛਣ ਨੂੰ ਤਾਂ ਤੁਸੀਂ ਐਂ ਦੇਈ ਜਾਂਦੇ ਜਿਵੇਂ ਕਬਜ਼ਾ ਲੈਣ ਜਾਣਾ ਹੁੰਦਾ। ਬਾਈ ਕਾਹਨੂੰ ਫਿਕਰ ਕਰੀ ਜਾਂਦਾ, ਅੰਮ੍ਰਿਤ ਨੇ ਆਪੇ ਸਾਰਾ ਕੁਝ ਸਾਂਭ ਲੈਣਾ। ਬਾਈ ਜੀ ਸਾਰੇ ਮਿਲ ਕੇ ਸਾਂਭਾਂਗੇ, ਇੱਦਾਂ ਦੀ ਕਿਹੜੀ ਗੱਲ ਆ। ਇੱਕ ਮਿੰਟ ਬਾਈ ਜੀ, ਨਿਮਰਤ ਦਾ ਫੋਨ ਆ। ਹਾਂ ਨਿਮਰਤ, ਕੀ ਹੋਇਆ, ਇੰਨੀ ਢਿੱਲੀ ਕਿਉਂ ਬੋਲ ਰਹੀ ਹੈ? ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ, ਪਲੀਜ਼ ਜਲਦੀ ਘਰ ਆ ਜਾਓ। ਕੀ ਹੋਇਆ? ਪਤਾ ਨਹੀਂ, ਸਵੇਰ ਦੀ ਬਾਡੀ ਪੇਨ ਹੋ ਰਹੀ ਹੈ ਬਹੁਤ ਜ਼ਿਆਦਾ। ਚੱਲ ਠੀਕ ਆ, ਮੈਂ ਟਰਾਈ ਕਰਦਾ, ਕੋਈ ਨਾ ਮੈਂ ਆਜੂੰਗਾ, ਛੇਤੀ ਆਜੂੰਗਾ। ਓਕੇ ਟੇਕ ਕੇਅਰ। ਕੀ ਗੱਲ ਅੰਮ੍ਰਿਤ, ਸਭ ਠੀਕ ਆ? ਹਾਂ ਠੀਕ ਆ ਭਾਜੀ, ਕੁਛ ਖਾਸ ਨਹੀਂ। ਚੰਗਾ ਭਾਜੀ, ਸ਼ਾਮੀ ਲੈਂਦੇ ਫਿਰ ਕਬਜ਼ਾ, ਤਦ ਤੱਕ ਮੁੱਛਾਂ ਸੈੱਟ ਕਰ ਲਓ। ਠੀਕ ਆ, ਚੱਲ ਬਈ ਦੇਵੀ ਬਾਈ, ਮਿਲਦੇ ਆ ਫਿਰ ਸ਼ਾਮ। ਆਹ ਮੁੱਛਾਂ ਥੱਲੇ ਕਰਾ ਲਈਓ, ਉਹ ਕਿਤੇ ਪਾਰਟੀ ਡਾਰੀ ਨਾ ਜਾਵੇ। Thank you.
ਓ ਸ਼ਿਟ ਕਹਿ ਛੱਡਤੀ। ਜਦੋਂ ਦੇਖੋ ਬਸ ਮੈਚ ਹੀ ਮੈਚ, ਕਦੇ ਘਰ ਵਾਲੀ ਵੱਲ ਵੀ ਧਿਆਨ ਦੇ ਲਿਆ ਕਰੋ। ਓ ਡਾਰਲਿੰਗ, ਆ ਮੈਚ ਤਾਂ ਸਿਰਫ ਬਹਾਨਾ, ਧਿਆਨ ਤਾਂ ਸਾਰਾ ਤੁਹਾਡੇ ਵੱਲ ਹੀ ਆ। ਨਾਲ ਤੁਹਾਨੂੰ ਪਤਾ ਮੇਰੇ ਲਈ ਨਾ ਸਭ ਤੋਂ ਪਹਿਲਾਂ ਤੁਸੀਂ ਹੋ, ਆ ਬਾਕੀ ਸਾਰੀਆਂ ਚੀਜ਼ਾਂ ਨਾ ਬਾਅਦ 'ਚ। ਅੱਛਾ ਜੀ, ਇੰਨਾ ਪਿਆਰ? ਹਾਂਜੀ ਬਿਲਕੁਲ। ਮੈਸੇਜ ਕਰਤਾ ਕਿ ਬਿਜ਼ੀ ਹਾਂ, ਇਹ ਨਹੀਂ ਕਿ ਫੋਨ ਚੱਕ ਕੇ ਦੱਸ ਦਿਓ ਇਹ ਗੱਲ ਕੀ ਹੈ। ਨਿਮਰਤ, ਹਾਂਜੀ, ਕਿੱਥੇ ਸੀ ਸਵੇਰ ਦੀ? ਮੈਂ ਫੋਨ ਕਰ ਕੇ ਪਾਗਲ ਹੋ ਰਿਹਾ। ਬਿਜ਼ੀ ਸੀ ਮੈਂ। ਇੰਨਾ ਵੀ ਕਾਹਦਾ ਬਿਜ਼ੀ ਸੀ, ਇੱਕ ਫੋਨ ਨਹੀਂ ਕਰਿਆ ਜਿੱਥੋਂ? ਜਿਵੇਂ ਕੱਲ੍ਹ ਤੂੰ ਬਿਜ਼ੀ ਸੀ, ਤੂੰ ਮੇਰਾ ਇੱਕ ਵਾਰੀ ਵੀ ਫੋਨ ਆਨਸਰ ਨਹੀਂ ਕੀਤਾ। ਨਿਮਰਤ, ਮੈਂ ਕੱਲ੍ਹ ਮੀਟਿੰਗ 'ਚ ਸੀ ਤਾਂ ਕਰਕੇ ਫੋਨ ਨਹੀਂ ਚੱਕਿਆ ਤੇਰਾ। ਤੇ ਘਰੇ ਆ ਕੇ ਵੀ ਬਿਜ਼ੀ ਸੀ ਜਿਹੜਾ, ਮੇਰਾ ਇੱਕ ਵਾਰੀ ਹਾਲ ਚਾਲ ਵੀ ਨਹੀਂ ਪੁੱਛਿਆ। ਮੈਂ ਜਦੋਂ ਘਰੇ ਆਇਆ ਤੂੰ ਸੋ ਰਹੀ ਸੀ, ਮੈਂ ਸੋਚਿਆ ਸਵੇਰੇ ਉੱਠ ਕੇ ਤੇਰਾ ਹਾਲ ਚਾਲ ਪੁੱਛ ਲੂੰਗਾ, ਹੁਣ ਕਾਹਨੂੰ ਤੈਨੂੰ ਡਿਸਟਰਬ ਕਰਨਾ। ਓ ਅੱਛਾ, ਫਿਰ ਮੈਂ ਅੱਜ ਵੀ ਸੌ ਰਹੀ ਸੀ ਇਸ ਕਰਕੇ ਮੈਂ ਫੋਨ ਨਹੀਂ ਚੱਕਿਆ। ਨਿਮਰਤ ਤੂੰ ਜ਼ਿਆਦਾ ਕਰ ਰਹੀ ਹੈ ਹੁਣ। ਪਲੀਜ਼ ਅੰਮ੍ਰਿਤ, ਮੈਨੂੰ ਹੋਰ ਤੰਗ ਨਾ ਕਰ, ਮੇਰੀ ਪਹਿਲਾਂ ਤਬੀਅਤ ਠੀਕ ਨਹੀਂ ਹੈਗੀ। ਅੰਮ੍ਰਿਤ, ਗਰਾਜ ਵੀ ਕਲੀਨ ਕਰਦੇ ਹੋ? ਅੱਛਾ, ਸਾਰੇ ਕੰਮ ਮੈਂ ਹੀ ਕਰਾਂ, ਮੈਡਮ ਜੀ ਦਾ ਅੱਜ ਹੋਲੀਡੇ ਆ, ਹੈ ਨਾ? ਮੈਂ ਕਿਚਨ 'ਚ ਰੋਟੀ ਬਣਾਉਣ ਲੱਗੀ ਹਾਂ। ਦੋ ਰੋਟੀਆਂ ਬਣਾ ਲਈਆਂ ਨਾ, ਕੋਈ ਵੱਡੀ ਗੱਲ ਨਹੀਂ। ਫਿਰ ਇਸ ਤਰ੍ਹਾਂ ਕਰੋ, ਖਾਣਾ ਵੀ ਆਪ ਹੀ ਬਣਾ ਲਿਓ ਅਤੇ ਲਾਂਡਰੀ ਵੀ ਆਪ ਹੀ ਕਰ ਲਿਓ। ਗਲਤੀ ਸਾਰੀ ਨਾ ਮੇਰੀ ਹੈ, ਨਾ ਮੈਂ ਵਿਆਹ ਦਾ ਚੱਕਰ ਪਾਉਂਦਾ ਅਤੇ ਨਾ ਸਭ ਕੁਛ ਹੁੰਦਾ। ਫਿਰ ਜੇ ਇੰਨੀ ਪ੍ਰੋਬਲਮ ਹੈ, ਛੱਡ ਕਿਉਂ ਨਹੀਂ ਦਿੰਦੇ? ਅੰਮ੍ਰਿਤ, ਅੱਜ ਨਾ ਈਵਨਿੰਗ 'ਚ ਮੈਂ ਕੁਛ ਆਪਣੇ ਫਰੈਂਡਸ ਇਨਵਾਈਟ ਕੀਤੇ ਆ। ਨਿਮਰਤ ਯਾਰ ਕੀ ਆ, ਇੱਕ ਵੀਕਐਂਡ ਤਾਂ ਹੈਗਾ, ਕਦੇ ਤਾਂ ਰਿਲੈਕਸ ਕਰ ਲੈਂਦੇ ਆ ਕਰ। ਅੰਮ੍ਰਿਤ, ਉਹਨਾਂ ਨੇ ਥੋੜ੍ਹੇ ਟਾਈਮ ਲਈ ਤਾਂ ਆਉਣਾ, ਫਿਰ ਕੀ ਹੋ ਗਿਆ? ਹਾਂ ਫਿਰ ਕੀ ਹੋ ਗਿਆ, ਮੇਰਾ ਦਿਮਾਗ ਖਰਾਬ ਹੋ ਗਿਆ ਜਿਹੜਾ ਸੋਚਦਾ ਸੀ ਕਦੇ ਆਪਾਂ ਵੀਕਐਂਡ 'ਚ ਇਕੱਠੇ ਵੀ ਟਾਈਮ ਸਪੈਂਡ ਕਰੀਏ। ਆਪਾਂ ਇਕੱਠੇ ਤਾਂ ਹੋਵਾਂਗੇ ਅੰਮ੍ਰਿਤ। ਇਹੀ ਤਾਂ ਪ੍ਰੋਬਲਮ ਹੈ ਕਿ ਹੁਣ ਪੂਰੀ ਜ਼ਿੰਦਗੀ ਇਕੱਠੇ ਰਹਿਣਾ ਪੈਣਾ। ਅੱਛਾ, ਤੁਸੀਂ ਇਕੱਠੇ ਨਹੀਂ ਰਹਿਣਾ ਚਾਹੁੰਦੇ, ਜੇ ਕੋਈ ਹੋਰ ਪਸੰਦ ਆ ਗਈ ਹੈ ਨਾ ਤੁਸੀਂ ਜਾ ਸਕਦੇ ਹੋ। ਫਿਲਹਾਲ ਤਾਂ ਮੈਂ ਨਾ ਇੱਥੋਂ ਜਾਂਦਾ। ਓ ਸ਼ਿਟ, ਬਚ ਗਿਆ। ਉਹ ਸਹੀ ਬੋਲਿੰਗ ਕਰ ਯਾਰ। ਹਮਾਰਾ ਕਾਮ ਥਾ ਤੁਮਕੋ ਸੱਚਾਈ ਬਤਾਨਾ। ये लोग तो हमको मुंबई के पुलिस थाने में फंसाइए दिया था, लेकिन तुम्हारा किस्मत अच्छा था। आहा, क्या बात है? कुछ समझ नहीं आ रहा है, क्या सच है और आउट। क्या बात है,
ਅੱਜ ਤਾਂ ਜਿੱਤਾਂਗੇ। ਓ ਨਿਮਰਤ ਯਾਰ, ਅੱਜ ਫਾਈਨਲ ਮੈਚ ਆ ਯਾਰ। ਇਹ ਤਾਂ ਫੇਰ ਟੈਲੀਕਾਸਟ ਹੋ ਜਾਊਗਾ, ਉਦੋਂ ਦੇਖ ਲਿਓ। ਅੱਛਾ, ਆ ਤੇਰਾ ਸੀਰੀਅਲ ਵੀ ਤਾਂ ਫੇਰ ਟੈਲੀਕਾਸਟ ਹੋ ਜਾਊਗਾ, ਉਦੋਂ ਦੇਖ ਲਈ। ਆ ਮੈਨੂੰ ਨਹੀਂ ਪਸੰਦ ਹੈਗਾ ਸੀਰੀਅਲ, ਇੱਕੋ ਗੱਲ ਨਾ ਬਾਰ ਬਾਰ। ਪਰ ਮੇਰਾ ਹੁਣ ਮੂਡ ਹੈ ਦੇਖਣ ਦਾ। ਅੱਛਾ, ਜੇ ਤੇਰਾ ਇੰਨਾ ਮੂਡ ਹੈ ਨਾ ਦੇਖਣ ਦਾ, ਤੂੰ ਇੱਦਾਂ ਕਰ, ਦੂਜੇ ਰੂਮ 'ਚ ਜਾ ਕੇ ਦੇਖ ਲੈ। ਹੈਲੋ, ਤੇ ਲਾਓ ਆਪਣਾ ਟੀਵੀ ਸੀਰੀਅਲ। ਨਹੀਂ ਨਹੀਂ, ਤੁਸੀਂ ਦੇਖੋ ਮੈਚ। ਓਹੋ, ਮੈਚ ਦਾ ਕੀ ਹੈ, ਇਹ ਤਾਂ ਆਉਂਦਾ ਹੀ ਰਹਿੰਦਾ। ਤੁਸੀਂ ਟੀਵੀ ਸੀਰੀਅਲ ਲਾਓ। ਨਹੀਂ ਨਹੀਂ, ਇਟਸ ਓਕੇ। ਓ ਲਾ ਲੋ। ਸੱਚੀ? ਓ ਮੈਂ ਕਹਿੰਦਾ ਮੁੱਚੀ, ਵਿਵਾਨ ਖੁਦ ਤੋਂ ਅਕੇਲੇ ਬਾਹਰ ਜਾਏਗਾ। ਓ ਲਾ, ਓ ਆਊਟ ਹੋ ਗਿਆ। ਜਾ ਨਿਮਰਤ, ਤੂੰ ਜ਼ਿਆਦਾ ਨਾ ਸੋਚ, ਅਮਰਤ ਤੈਨੂੰ ਬਹੁਤ ਪਿਆਰ ਕਰਦਾ ਆ। ਸਿਮਰਨ, ਇਹ ਤਾਂ ਬਸ ਗੱਲਾਂ ਹੀ ਨੇ, ਵਿਆਹ ਤੋਂ ਬਾਅਦ ਤਾਂ ਸਾਰੇ ਮੁੰਡੇ ਬਦਲ ਜਾਂਦੇ ਨੇ, ਮੈਂ ਤਾਂ ਬਸ ਹੁਣ ਸੋਚਣਾ ਹੀ ਬੰਦ ਕਰਤਾ। ਆਹ ਲਾਈਨਾਂ ਠੀਕ ਨੇ, ਆ ਮੈਟਰ ਚੇਂਜ ਕਰਾਣਾ ਆਪਾਂ। ਅਮ੍ਰਿਤ, ਮੈਂ 2 ਘੰਟਿਆਂ ਦੀ ਮਾਲ ਦੇ ਬਾਹਰ ਖੜੀ ਤੁਹਾਡੀ ਵੇਟ ਕਰ ਰਹੀ ਹਾਂ, ਨਾ ਮੈਸੇਜ ਦਾ ਰਿਪਲਾਈ ਕਰ ਰਹੇ ਹੋ ਨਾ ਫੋਨ ਚੱਕ ਰਹੇ ਹੋ। ਨਿਮਰਤ, ਹੌਲੀ ਬੋਲ, ਇਹ ਮੇਰਾ ਆਫਿਸ ਹੈ, ਨਾਲੇ ਮੈਂ ਇੱਥੇ ਵਿਹਲਾ ਨਹੀਂ ਬੈਠਾ, ਆ ਕੰਮ ਕਰਦਾ। ਠੀਕ ਹੈ ਫਿਰ, ਤੁਸੀਂ ਕੰਮ ਹੀ ਕਰ ਲਓ, ਮੈਂ ਹੀ ਪਾਗਲ ਸੀ ਜਿਹੜੀ ਤੁਹਾਡੀ ਵੇਟ ਕਰ ਰਹੀ ਸੀ। ਅਮ੍ਰਿਤ, ਆ ਸਭ ਕੀ ਆ? ਕੁਛ ਨਹੀਂ ਬਾਈ ਜੀ, ਛੋਟੇ ਮੋਟੇ ਝਗੜੇ ਆ। ਦੇਖ ਕਾਕਾ, ਇਹ ਛੋਟੇ ਝਗੜੇ ਕਦੋਂ ਵੱਡੇ ਝਗੜੇ ਬਣ ਜਾਂਦੇ ਆ, ਪਤਾ ਨਹੀਂ ਲੱਗਦਾ। ਜਦੋਂ ਘਰ ਦੀਆਂ ਲੜਾਈਆਂ ਦਫ਼ਤਰਾਂ ਤੱਕ ਪਹੁੰਚ ਜਾਣ ਨਾ, ਤੇ ਫਿਰ ਗੱਲ ਛੋਟੀ ਨਹੀਂ ਰਹਿੰਦੀ। ਠੀਕ ਹੈ ਬਾਈ ਜੀ। ਅੰਮ੍ਰਿਤ, ਕੰਮ ਕਰ ਲਓ। ਗੋਲੀ ਮਾਰ ਕੰਮ ਨੂੰ, ਤੂੰ ਕਿਹੜਾ ਰੋ ਰੋ ਜਾਣਾ। ਫਿਰ ਕਹਿਣਾ ਮੇਰਾ ਕੰਮ ਰਹਿ ਗਿਆ। ਕੋਈ ਨਾ, ਕੰਟੀਨਿਊ। ਅਮ੍ਰਿਤ, ਤੈਨੂੰ ਮੈਂ ਕੀ ਕਿਹਾ ਸੀ? ਹਾਂਜੀ ਬਾਈ, ਕੈਨੇਡਾ ਦਾ ਲਾਈਫ ਸਟਾਈਲ ਹੈਗਾ ਵੱਖਰਾ। ਬਿਲਕੁਲ। ਆਪਣੇ ਹਿੰਦੁਸਤਾਨ 'ਚ ਕੀ ਹੈਗਾ ਇਸ ਟਾਈਮ ਰਾਤ? ਇੱਥੇ ਹੈਗਾ ਦਿਨ, ਉੱਥੇ ਕੀ ਹੈਗਾ ਬੰਦਾ ਅੱਗੇ ਅੱਗੇ ਅਤੇ ਜਨਾਨੀ ਪਿੱਛੇ ਪਿੱਛੇ। ਪਰ ਸਾਡੇ ਕੈਨੇਡਾ 'ਚ ਕੀ ਹੁੰਦਾ, ਜਨਾਨੀ ਅੱਗੇ ਅੱਗੇ ਅਤੇ ਬੰਦਾ ਵਿਚਾਰਾ ਪਿੱਛੇ ਪਿੱਛੇ। ਚਲੋ ਚੁੱਪ ਕਰੋ, ਤੁਸੀਂ ਤਾਂ ਐਵੇਂ ਬੋਲਦੇ ਰਹਿੰਦੇ ਆ। ਗੱਲ ਬਾਈ ਜੀ, ਤੁਸੀਂ ਬਿਲਕੁਲ ਸਹੀ ਕਹੀ ਆ, ਜਮਾਂ ਸੱਚੀ ਗੱਲ ਕੀਤੀ ਆ। ਵੈਸੇ ਨਿਮਰਤ, ਅਮ੍ਰਿਤ ਤੈਨੂੰ ਅਜੇ ਵੀ ਓਨਾ ਹੀ ਪਿਆਰ ਕਰਦਾ ਕਿ ਹੁਣ ਬਦਲ ਗਿਆ? ਅਮ੍ਰਿਤ ਕੋਲ ਹੁਣ ਟਾਈਮ ਹੀ ਕਿੱਥੇ ਆ ਪਿਆਰ ਕਰਨ ਦੇ ਲਈ, ਕੰਮ ਨਾਲ ਹੀ ਪਿਆਰ ਕਰਦੇ ਨੇ ਹੁਣ ਤਾਂ। ਬਾਈ ਜੀ, ਹੁਣ ਇਹਨਾਂ ਨੂੰ ਕੌਣ ਸਮਝਾਵੇ ਕਿ ਕੰਮ ਵੀ ਕਿੰਨੇ ਜ਼ਰੂਰੀ ਹੁੰਦੇ ਆ, ਪਰ ਇਹਨਾਂ ਨੂੰ ਤਾਂ ਬਸ ਟਾਈਮ ਹੀ ਚਾਹੀਦਾ। ਉਹ ਬਹੁਤ ਦੇ ਦਿੱਤਾ ਟਾਈਮ, ਹੁਣ ਕੰਮ ਵੀ ਕਰ ਲਈਏ। ਮੈਂ ਤੈਨੂੰ ਕਿਹਾ ਸੀ ਨਾ, ਇੱਥੇ ਐਡਜਸਟ ਕਰਨਾ ਪੈਂਦਾ। ਸਿਮਰਨ, ਟਾਈਮ ਹੋ ਗਿਆ ਹੁਣ ਬਾਲਾ, ਆਪਾਂ ਚੱਲੀਏ ਹੁਣ ਘਰ ਨੂੰ। ਅਤੇ ਬਿਫੋਰ ਵੀ ਗੋ, ਤੁਸੀਂ ਦੋਨਾਂ ਮੀ ਬੀਵੀ ਨੇ ਅਗਲੇ ਹਫ਼ਤੇ ਸਾਡੇ ਘਰ ਆਉਣਾ ਡਿਨਰ 'ਤੇ। ਪੱਕਾ ਜੀ? ਭੁੱਲਣਾ ਬਿਲਕੁਲ ਨਹੀਂ। ਬਿਲਕੁਲ ਨਹੀਂ ਜੀ, ਜ਼ਰੂਰ ਆਵਾਂਗੇ ਬਾਈ ਜੀ। ਚਲੋ ਜੀ, ਚੱਲੀਏ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੇਡੀ ਅੱਗੇ ਅੱਗੇ ਅਤੇ ਤੁਸੀਂ ਪਿੱਛੇ 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 ਪਿੱਛੇ। ਚੰਗਾ ਬਾਈ ਜੀ, ਓਕੇ ਫਿਰ। ਐਡਜਸਟਮੈਂਟਾਂ ਹੀ ਤਾਂ ਚੱਲ ਰਹੀਆਂ। ਨਿਮਰਤ,
ਜੇ ਤੈਨੂੰ ਮੇਰੇ ਨਾਲ ਕੋਈ ਪ੍ਰੋਬਲਮ ਹੈ ਨਾ ਤਾਂ ਮੈਨੂੰ ਸਾਫ਼ ਸਾਫ਼ ਦੱਸ, ਆਹ ਜੱਗੀ ਬਾਈ ਦੇ ਸਾਹਮਣੇ ਇੱਦਾਂ ਘੁਮਾ ਫਰਾਏ ਕਹਿਣ ਦੀ ਕੀ ਲੋੜ ਹੈ? ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਸਿਰਫ ਸੱਚ ਬੋਲਿਆ। ਕੀ ਸੱਚ? ਇਹੀ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ? ਅਤੇ ਜੇ ਮੈਂ ਤੈਨੂੰ ਪਿਆਰ ਨਹੀਂ ਕਰਦਾ ਫਿਰ ਮੈਂ ਇੱਥੇ ਹੈ ਕਿਉਂ? ਆਪਾਂ ਨੂੰ ਤਾਂ ਇੱਥੇ ਹੋਣਾ ਨਹੀਂ ਚਾਹੀਦਾ ਇਕੱਠੇ। ਯੂ ਆਰ ਰਾਈਟ, ਮੈਨੂੰ ਸੀਗਾ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਊਗਾ, ਪਰ ਤੂੰ ਤਾਂ ਮੈਨੂੰ ਹੀ ਗਲਤ ਕਹਿ ਰਿਹਾ। ਮੈਂ ਤੈਨੂੰ ਕੁਛ ਨਹੀਂ ਕਹਿ ਰਿਹਾ, ਤੂੰ ਗਲਤ ਸਮਝ ਰਹੀ ਹੈ। ਜੋ ਮੈਂ ਸਮਝਣਾ ਸੀ ਮੈਨੂੰ ਸਭ ਸਮਝ ਆ ਰਿਹਾ ਹੈਗਾ। ਵੈਸੇ ਵੀ ਜਦੋਂ ਆਪਣੇ 'ਚ ਪਿਆਰ ਹੀ ਨਹੀਂ ਆ, ਮੈਂ ਇੱਥੇ ਰਹਿ ਵੀ ਕਿਉਂ ਰਹੀ ਹਾਂ? ਮੈਨੂੰ ਇਹ ਸਟੈਪ ਬਹੁਤ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਕਿਹੜਾ ਸਟੈਪ? ਕੋਈ ਨਾ, ਟਾਈਮ ਆਉਣ 'ਤੇ ਪਤਾ ਲੱਗ ਜੂਗਾ। ਹੈਲੋ, ਹਾਂਜੀ ਡੈਡੀ, ਠੀਕ ਹੈ ਡੈਡੀ ਮੈਂ ਪਹੁੰਚ ਜੂੰਗਾ। ਚੰਗਾ ਜੀ, ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਨਿਮਰਤ, ਮੈਂ ਸ਼ਾਮੀ ਡੈਡੀ ਉਹਨਾਂ ਨੂੰ ਏਅਰਪੋਰਟ ਤੋਂ ਲੈਂਦਾ ਹੋਇਆ ਆਊਂਗਾ, ਲੇਟ ਹੋ ਜੂੰਗਾ, ਠੀਕ ਹੈ? ਬਲੀ ਭਾਈ ਦਾ ਫੋਨ। ਹੈਲੋ ਅਮਰਤ। ਹਾਂਜੀ ਬਾਈ ਜੀ। ਕਿੱਥੇ ਆ ਤੂੰ? ਹੁਣੇ ਆਫਿਸ ਪਹੁੰਚਿਆ ਬਸ। ਉਹ ਆਪਣੇ ਨਿਮਰ ਦੇ ਡੈਡੀ ਦਾ ਫੋਨ ਆਇਆ ਸੀ, ਕਹਿੰਦੇ ਨਿਮਰਤ ਬਹੁਤ ਗੁੱਸੇ 'ਚ ਆ। ਕੀ ਗੱਲ ਹੋ ਗਈ? ਉਹ ਆਪਣੇ ਡੈਡੀ ਦੇ ਘਰ ਚਲੀ ਗਈ ਆ, ਫੋਨ ਕਰਕੇ ਪਤਾ ਕਰ। ਹਾਂਜੀ ਮੈਂ ਕਰਦਾ। ਡੈਡ, ਮੈਂ ਅੰਮ੍ਰਿਤ ਕੋਲ ਵਾਪਸ ਨਹੀਂ ਜਾਣਾ। ਜੇ ਤੁਹਾਨੂੰ ਕੋਈ ਮੇਰੇ ਇੱਥੇ ਰਹਿਣ 'ਚ ਪ੍ਰੋਬਲਮ ਹੈ ਤਾਂ ਮੈਂ ਆਪਣਾ ਕੋਈ ਹੋਰ ਇੰਤਜ਼ਾਮ ਕਰ ਲੈਂਦੀ ਹਾਂ। ਬਸ ਇੱਧਰੋਂ ਲੰਘ ਰਿਹਾ ਸੀ, ਸੋਚਿਆ ਤੁਹਾਨੂੰ ਮਿਲਦਾ ਹੋਇਆ ਜਾਵਾਂ, ਬਾਕੀ ਕੰਮ ਵੀ ਠੀਕ ਚੱਲ ਰਿਹਾ। ਲਓ ਆ ਨਿਮਰਤ ਵੀ ਆ ਗਈ, ਤੁਸੀਂ ਗੱਲਾਂ ਕਰੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਟਾਈਮ ਮਿਲ ਗਿਆ ਆਉਣ ਦਾ? ਮੈਨੂੰ ਲੱਗਾ ਕਿ ਤੂੰ ਆਪਣੀ ਫਰੈਂਡ ਦੇ ਘਰ ਗਈ ਹੋਏਗੀ। ਮੈਨੂੰ ਲੱਗਾ? ਹਰ ਵਾਰ ਜੋ ਤੈਨੂੰ ਲੱਗਦਾ ਉਹੀ ਠੀਕ ਹੈ। ਨਿਮਰਤ ਪਲੀਜ਼ ਇੱਦਾਂ ਨਾ ਕਰ, ਇੱਦਾਂ ਰਿਸ਼ਤਿਆਂ 'ਤੇ ਅਸਰ ਪੈਂਦਾ। ਰਿਸ਼ਤੇ 'ਤੇ ਅਸਰ ਆਲਰੇਡੀ ਪੈ ਚੁੱਕਿਆ। ਤੂੰ ਕਿਉਂ ਗੱਲ ਨੂੰ ਵਧਾ ਰਹੀ ਹੈ? ਅੰਮ੍ਰਿਤ ਗੱਲ ਆਲਰੇਡੀ ਵੱਧ ਚੁੱਕੀ ਹੈ। ਅੱਛਾ ਸੁਣ, ਮੰਮੀ ਡੈਡੀ ਇੰਡੀਆ ਤੋਂ ਆਉਣ ਵਾਲੇ ਆ, ਉਹਨਾਂ ਨੇ ਆਉਂਦੇ ਤੇਰੇ ਬਾਰੇ ਪੁੱਛਣਾ। ਗੁੱਸਾ ਮੇਰੇ ਨਾਲ ਹੈ, ਉਹਨਾਂ ਨਾਲ ਨਹੀਂ। ਜੋ ਹੋ ਸਕੇ ਉਹਨਾਂ ਕਰਕੇ ਵਾਪਸ ਆ ਜੀ। ਅਮਰਤ ਚਲਿਆ ਗਿਆ? ਹਾਂਜੀ। ਨਿਮਰਤ ਤੂੰ ਰੋਕਿਆ ਕਿਉਂ ਨਹੀਂ? ਨਿਮਰਤ ਹੁਣ ਤੱਕ ਤੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਹੈ, ਨਾ ਮੈਂ ਨਾ ਤੇਰੇ ਡੈਡ ਨੇ ਤੈਨੂੰ ਕਦੇ ਕੁਛ ਕਿਹਾ। ਜੋ ਤੂੰ ਇਹ ਕਰ ਰਹੀ ਹੈ ਠੀਕ ਨਹੀਂ ਕਰ ਰਹੀ। ਲੜਾਈ ਝਗੜੇ ਕਿਸ ਘਰ 'ਚ ਨਹੀਂ ਹੁੰਦੇ, ਹਰ ਇੱਕ ਘਰ 'ਚ ਹੁੰਦੇ ਨੇ। ਇਹਦਾ ਮਤਲਬ ਇਹ ਨਹੀਂ ਉਹਨਾਂ ਦਾ ਅਸਰ ਰਿਸ਼ਤਿਆਂ 'ਤੇ ਪਵੇ। ਜੋ ਤੂੰ ਇਹ ਕਰ ਰਹੀ ਹੈ ਠੀਕ ਨਹੀਂ ਕਰ ਰਹੀ। ਫਿਰ ਤੂੰ ਆਪਣੇ ਫੈਸਲੇ 'ਤੇ ਠੰਡੇ ਦਿਮਾਗ ਨਾਲ ਬੈਠ ਕੇ ਸੋਚ ਲਵੀਂ। ਹਾਂ ਬਈ ਤਾਰੀ ਸਾਹਿਬ, ਕੋਰੋਨੇ ਦੀ ਵਿਪਤਾ ਤੋਂ ਬਾਅਦ ਰੈਸਟੋਰੈਂਟ ਕਿਵੇਂ ਚੱਲ ਰਿਹਾ? ਰੈਸਟੋਰੈਂਟ ਇੱਦਾਂ ਹੀ ਹੈ ਬਾਈ, ਅਜੇ ਕੋਈ ਖਾਸ ਫਰਕ ਨਹੀਂ ਪਿਆ। ਸਤਿ ਸ਼੍ਰੀ ਅਕਾਲ ਨਿਮਰਤ।
ਸਤਿ ਸ਼੍ਰੀ ਅਕਾਲ ਜੀ। ਅੰਮ੍ਰਿਤ ਵੀ ਆਇਆ ਨਾ? ਜੀ ਨਹੀਂ। ਕੀ ਗੱਲ ਗਿੱਲ ਸਾਹਿਬ, ਸੁੱਖ ਹੈ? ਸੁੱਖ ਕਾਹਦੀ ਹੈ ਯਾਰ, ਕੱਲ ਡਿਵੋਰਸ ਤੱਕ ਪਹੁੰਚ ਗਈ। ਹੋਰ ਡੈਡੀ, ਸਫ਼ਰ ਠੀਕ ਰਿਹਾ ਤੁਹਾਡਾ? ਸਫ਼ਰ ਤਾਂ ਬਹੁਤ ਵਧੀਆ ਸੀ, ਮੇਰਾ ਤਾਂ ਚਿੱਤ ਹੀ ਨਹੀਂ ਕਰਦਾ ਸੀ ਆਉਣ ਨੂੰ। ਮੈਂ ਤਾਂ ਕਹਿੰਦਾ ਸੀ ਪੰਜਾਬ 2-4 ਮਹੀਨੇ ਹੋਰ ਲਾਉਂਦਾ, ਪਰ ਤੇਰੀ ਮਾਂ ਕਹਿੰਦੀ ਚੱਲੋ ਚੱਲੋ ਚੱਲੋ, ਬੱਚਿਆਂ ਨੂੰ ਜਾ ਕੇ ਮਿਲਣਾ। ਉਹ ਇਹ ਤਾਂ ਵਧੀਆ ਕੀਤਾ ਮੰਮੀ ਨੇ, ਸਗੋਂ ਨਾਲੇ ਮੇਰਾ ਵੀ ਤਾਂ ਦਿਲ ਕਰਦਾ ਨਾ ਕਿ ਆਪਣੇ ਮਾਂ ਦੇ ਤਜ਼ੀਆਂ ਪੱਕੀਆਂ ਰੋਟੀਆਂ ਖਾਵਾਂ। ਮੰਮੀ ਤੁਸੀਂ ਬਹੁਤ ਵਧੀਆ ਕੀਤਾ ਡਾ ਕੇ। ਅੰਮ੍ਰਿਤ ਪੁੱਤਰ, ਨਿਰਮਤ ਨਜ਼ਰ ਨਹੀਂ ਆ ਰਹੀ। ਉਹ ਸੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਨਿਮਰਤ ਆਪਣੇ ਆਫਿਸ ਦੇ ਕੰਮ ਤੋਂ ਟਾਊਨ ਤੋਂ ਬਾਹਰ ਗਈ ਆ 2 ਦਿਨਾਂ ਲਈ। 2 ਦਿਨਾਂ ਤੱਕ ਆ ਜਾਣਾ ਉਹਨੇ, ਤੁਸੀਂ ਚਾਹ ਪੀਓ। ਬੇਟਾ ਸਭ ਠੀਕ ਠਾਕ ਤਾਂ ਹੈ? ਹਾਂ ਡੈਡੀ, ਸਭ ਠੀਕ ਠਾਕ ਆ, ਤੁਸੀਂ ਕਾਹਨੂੰ ਫਿਕਰ ਕਰਦੇ ਹੋ? ਚਾਹ ਪੀ ਲਓ ਅਤੇ ਆਰਾਮ ਕਰ ਲਓ, ਥੱਕ ਗਏ ਹੋਵੋਗੇ, ਸਫ਼ਰ ਕਰਕੇ ਆਇਓ। ਅੰਮ੍ਰਿਤ, ਤੈਨੂੰ ਮੈਂ ਸਮਝਾਉਂਦਾ ਸੀ ਨਾ, ਛੋਟੇ ਛੋਟੇ ਝਗੜੇ ਕਦੋਂ ਵੱਡੇ ਝਗੜਿਆਂ 'ਚ ਬਦਲ ਜਾਣ ਪਤਾ ਨਹੀਂ ਲੱਗਦਾ। ਦੇਖ ਲਾ ਗੱਲ ਕਿੱਥੇ ਤੱਕ ਪਹੁੰਚ ਗਈ। ਆ ਜਾ ਥੋੜ੍ਹੀ ਦੇਰ ਮੇਰੇ ਕੋਲ ਬੈਠ, ਫਿਰ ਤੈਨੂੰ ਮੈਂ ਘਰੇ ਛੱਡ ਆਵਾਂਗਾ। ਅੰਮ੍ਰਿਤ, ਤੂੰ ਮੇਰੇ ਛੋਟੇ ਭਰਾਵਾਂ ਵਰਗਾ। ਛੋਟੇ ਵੀਰ, ਮੇਰੇ ਤੋਂ ਆਹ ਸਭ ਕੁਛ ਦੇਖਿਆ ਨਹੀਂ ਜਾਂਦਾ। ਭਾਈ ਜੀ, ਕਦੇ ਕਦੇ ਇਨਸਾਨ ਚਾਹ ਕੇ ਵੀ ਨਾ ਆਪਣੇ ਜ਼ਿੰਦਗੀ 'ਚ ਹੋਣ ਵਾਲੇ ਹਾਦਸਿਆਂ ਨੂੰ ਰੋਕ ਨਹੀਂ ਪਾਉਂਦਾ। ਤੂੰ ਨਿਮਰਤ ਬਿਨਾ ਰਹਿ ਲਏਗਾ? ਬੱਲੀ ਬਾਈ ਜੀ, ਜੇ ਹੁਣ ਨਿਮਰਤ ਨੇ ਮੇਰੇ ਬਿਨਾਂ ਰਹਿਣ ਦਾ ਫੈਸਲਾ ਕਰ ਲਿਆ ਤਾਂ ਫਿਰ ਮੈਨੂੰ ਵੀ ਤਾਂ ਉਹਦੇ ਬਿਨਾਂ ਰਹਿਣਾ ਹੀ ਪੈਣਾ। ਤੇਰੇ ਮੰਮੀ ਡੈਡੀ ਨੂੰ ਪਤਾ ਇਹ ਸਭ ਕੁਛ? ਹਾਂਜੀ ਬਾਈ ਜੀ, ਬਹੁਤ ਦਿਨਾਂ ਤੋਂ ਪੁੱਛ ਰਹੇ ਸੀ, ਅੱਜ ਮੈਨੂੰ ਸੱਚ ਦੱਸਣਾ ਹੀ ਪਿਆ। ਛੋਟੇ ਵੀਰ, ਇਸ ਉਮਰ 'ਚ ਮਾਂ ਪਿਓ ਨੂੰ ਖੁਸ਼ੀਆਂ ਦੇਈਦੀਆਂ, ਤਕਲੀਫਾਂ ਨਹੀਂ। ਨਾ ਰੋਵੇ ਨਾ ਤਰਲੇ ਜਪਾ, ਤੇਰੇ ਡਰਾਮਿਆਂ ਤੋਂ ਅੱਕ ਗਿਆ। ਹੁਣ ਨਹੀਂ ਮੈਂ ਆਉਣਾ ਗੱਲਾਂ ਤੇਰੀਆਂ ਵਿੱਚ, ਹਾਏ ਸੱਚ ਮੰਨੇ ਤਾਂ ਸੱਚੀ ਥੱਕ ਗਿਆ। ਪਹਿਲੀ ਵਾਰ ਨਹੀਂ ਜਦੋਂ ਛੱਡਿਆ ਤੂੰ ਕੱਲੇ, ਭਾਵੇਂ ਤੈਨੂੰ ਮੰਨਦੇ ਸੀ ਸਭ ਵੇ, ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ, ਤੈਨੂੰ ਤਾਂ ਮੰਨਿਆ ਸੀ ਰੱਬ ਵੇ, ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ, ਤੈਨੂੰ ਤਾਂ ਮੰਨਿਆ ਸੀ ਰੱਬ ਵੇ। ਵੈਸੇ ਬਾਈ ਜੀ, ਜ਼ਿੰਦਗੀ ਵੀ ਅਜੀਬ ਹੀ ਆ। ਬੰਦਾ ਪਹਿਲੇ ਇੱਕ ਚੀਜ਼ ਨੂੰ ਇੰਨਾ ਪਿਆਰ ਕਰਦਾ ਕਿ ਉਹਦੇ ਮਗਰ ਪਾਗਲਾਂ ਵਾਂਗੂ ਭੱਜਦਾ, ਫਿਰ ਜਦੋਂ ਉਹ ਮਿਲ ਜਾਂਦੀ ਆ ਫਿਰ ਦੂਜੀ ਮਗਰ ਪਾਗਲਾਂ ਵਾਂਗੂ ਦੌੜਦਾ। ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਰਾ ਦੌੜ
ਅੱਖਾਂ ਦੌੜ ਨਹੀਂ ਮੁੱਕਦੀ। ਸਿਆੜਿਆਂ ਨੇ ਸੱਚ ਹੀ ਕਿਹਾ, ਜੋ ਕੁਛ ਹੈ ਨਾ ਉਹਦੇ ਵਿੱਚ ਹੀ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰੋ। ਸਹੀ ਕਿਹਾ ਬੱਲੀ ਬਾਈ ਜੀ, ਮੈਂ ਤਾਂ ਇੰਨਾ ਦੌੜ ਰਿਹਾ ਕਿ ਆਪਣੀਆਂ ਖੁਸ਼ੀਆਂ ਨੂੰ ਹੀ ਪਿੱਛੇ ਛੱਡਤਾ। ਮੇਰੀ ਆਪਦੀ ਹੀ ਈਗੋ ਤੇ ਮੇਰਾ ਹੀ ਗੁੱਸਾ ਮੇਰਾ ਹੀ ਘਰ ਤਬਾਹ ਕਰ ਗਿਆ। ਜੱਗੀ, ਮੈਂ ਤੇਰੇ ਨਾਲ ਇੱਕ ਗੱਲ ਕਰਨ ਆਇਆ। ਹਾਂਜੀ। ਤੈਨੂੰ ਪਤਾ ਅੰਮ੍ਰਿਤ ਡਿਵੋਰਸ ਕਰਨਾ ਮੰਗਦਾ ਹੁਣ? ਉਹ ਮਿੱਤਰਾ, ਜਿੱਥੋਂ ਤੱਕ ਮੈਨੂੰ ਪਤਾ ਨਾ, ਓਏ ਅੰਮ੍ਰਿਤ ਤੇ ਨਿਮਰਤ ਨਾ ਕੁਛ ਚੱਲਦਾ ਰਿਹਾ ਸੀ, ਪਰ ਇਹ ਗੱਲ ਡਿਵੋਰਸ ਤੱਕ ਪਹੁੰਚ ਜਾਂਦੀ ਨਾ ਇਹ ਨਹੀਂ ਪਤਾ ਸੀ। ਉਹਨੇ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ? ਨਹੀਂ। ਮੈਂ ਸਵੇਰੇ ਜਾ ਕੇ ਉਹਨੂੰ ਮਿਲਣਾ ਕੱਲ੍ਹ ਅਤੇ ਉਹਦੇ ਡਿਵੋਰਸ ਦਾ ਪੇਪਰ ਕਰਨਾ। ਤੂੰ ਅੱਜ ਜਾ ਕੇ ਉਹਨੂੰ ਸਮਝਾ ਜਿਹੜਾ ਰਸਤਾ ਇਹ ਹੁਣ ਫੜ ਲੱਗਾ ਇਹਨੇ ਗਾਹ ਜਾ ਕੇ ਬਹੁਤ ਪਛਤਾਉਣਾ। ਉਹ ਮੇਰਾ ਜਿਗਰੀ ਯਾਰ ਆ ਅੰਮ੍ਰਿਤ, ਮੈਂ ਉਹਦਾ ਨਾ ਘਰ ਨਹੀਂ ਟੁੱਟਣ ਦੇਣਾ। ਮੈਂ ਉਹਦੇ ਕੋਲ ਜਾਊਂਗਾ ਅਤੇ ਉਹਨੂੰ ਸਮਝਾਊਂਗਾ, ਤੂੰ ਚਿੰਤਾ ਨਾ ਕਰ। ਅੱਜ ਲੇਟ ਹੋ ਗਿਆ ਪੁੱਤਰ? ਡੈਡੀ ਆਫਿਸ 'ਚ ਕੰਮ ਜ਼ਿਆਦਾ ਸੀ ਤਾਂ ਕਰਕੇ ਲੇਟ ਹੋ ਗਿਆ। ਪੁੱਤ ਤੂੰ ਫਰੈਸ਼ ਹੋ ਜਾ, ਤੇਰੀ ਮਾਤਾ ਗਰਮ ਗਰਮ ਰੋਟੀ ਲਾ ਦਿੰਦੀ। ਡੈਡੀ ਮੈਨੂੰ ਭੁੱਖ ਹੈ ਨਹੀਂ, ਤੁਸੀਂ ਖਾ ਲਓ। ਪੁੱਤਰ ਅੱਜ ਤੇਰਾ ਪਸੰਦੀਦਾ ਖਾਣਾ ਬਣਿਆ, ਬੜਾ ਸਵਾਦਲਾ, ਥੋੜ੍ਹਾ ਤਾਂ ਖਾ ਲਾ। ਡੈਡੀ ਮੈਂ ਕਹਿਣਾ ਮੈਨੂੰ ਭੁੱਖ ਹੈ ਨਹੀਂ, ਤੁਸੀਂ ਖਾ ਲਓ। ਪੁੱਤਰ ਠੀਕ ਹੈ ਤੂੰ? ਹਾਂ ਮੈਂ ਬਿਲਕੁਲ ਠੀਕ ਹਾਂ, ਬਿਲਕੁਲ ਠੀਕ ਹਾਂ ਮੈਂ। ਕਿਉਂ ਸਿਰੇ ਸ਼ਾਮ ਇੱਕੋ ਗੱਲ, ਪੁੱਤ ਤੂੰ ਠੀਕ ਹੈ, ਪੁੱਤ ਤੂੰ ਠੀਕ ਹੈ। ਹਾਂ ਤੁਹਾਡਾ ਪੁੱਤ ਬਿਲਕੁਲ ਠੀਕ ਹੈ। ਹੁਣ ਤੁਸੀਂ ਨਾ ਡੈਡੀ ਤੁਸੀਂ ਖਾ ਲਓ ਰੋਟੀ, ਮੈਨੂੰ ਨਹੀਂ ਭੁੱਖ। ਅੰਮ੍ਰਿਤ ਪੁੱਤਰ, ਪੇਪਰ ਤੁਹਾਡੇ ਸਾਰੇ ਠੀਕ ਭਰੇ ਹੋਏ ਆ, ਇਨਫੋਰਮੇਸ਼ਨ ਵੀ ਸਹੀ ਆ, ਬਾਕੀ ਅੰਮ੍ਰਿਤ ਨੇ ਚੈੱਕ ਕਰ ਲੈਣੇ ਆ, ਜੇ ਕੋਈ ਗੱਲਬਾਤ ਹੋਈ ਤੁਹਾਨੂੰ ਦੱਸ ਦਾਂਗੇ। ਅੰਮ੍ਰਿਤ, ਉਹ ਅੰਮ੍ਰਿਤ, ਅੰਮ੍ਰਿਤ ਜੀ ਕਿੱਥੇ ਗਵਾਚ ਗਿਆ? ਕਿੱਥੇ ਨਹੀਂ ਭਾਅ ਜੀ, ਆ ਭਾਅ ਜੀ ਉਹਨਾਂ ਦੇ ਪੇਪਰ ਚੈੱਕ ਕਰ ਲਏ ਆ, ਮੈਨੂੰ ਠੀਕ ਲੱਗਦੇ ਆ, ਬਾਕੀ ਤੁਸੀਂ ਦੇਖ ਲਿਓ। ਕੋਈ ਨਹੀਂ, ਤੁਸੀਂ ਚੈੱਕ ਕਰ ਲਿਆ, ਠੀਕ ਹੀ ਹੋਣੇ ਆ। ਮੁਬਾਰਕਾਂ ਭਾਅ ਜੀ, ਕੰਮ ਹੋ ਜਾਏਗਾ ਤੁਹਾਡਾ, ਕੋਈ ਗੱਲ ਹੀ ਨਹੀਂ। ਅੰਮ੍ਰਿਤ, ਮੀਟਿੰਗ ਰੂਮ 'ਚ ਸਾਰੇ ਵੇਟ ਕਰਦੇ ਆ, ਆ ਜਾਓ। ਠੀਕ ਹੈ ਭਾਈ ਜੀ, ਤੁਸੀਂ ਚਲੋ, ਮੈਂ ਆਉਂਦਾ। ਚੰਗਾ ਜੀ, ਓਕੇ ਬ੍ਰਦਰ, ਮਿਲਦੇ ਹਾਂ ਫਿਰ। ਓਕੇ ਜੀ।
ਅੰਮ੍ਰਿਤ ਕਿਵੇਂ? ਠੀਕ ਹਾਂ? ਹਾਂਜੀ ਬਾਈ ਜੀ, ਠੀਕ ਹੀ ਹਾਂ। ਕੋਈ ਨਾ, ਪਰਮਾਤਮਾ ਸਭ ਠੀਕ ਕਰੂ, ਪਰ ਤੂੰ ਹੌਸਲਾ ਨਾ ਛੱਡੀ। ਚੰਗਾ, ਕੱਲ੍ਹ ਮਿਲਦੇ ਹਾਂ ਬਾਈ। ਚੰਗਾ। ਹੈਲੋ ਜੱਗੀ, ਮੇਰਾ ਇੱਕ ਕੰਮ ਕਰੇਗਾ? ਮੈਂ ਜਾ ਜ਼ਰੂਰ ਰਹੀ ਹਾਂ, ਪਰ ਮੈਂ ਅੰਮ੍ਰਿਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਨਾ ਤਾਂ ਉਹਨੇ ਮੇਰੇ ਤੋਂ ਮਾਫ਼ੀ ਮੰਗਣੀ ਹੈ ਅਤੇ ਨਾ ਹੀ ਡਿਵੋਰਸ ਲਈ ਮਨਾ ਕਰਨਾ। ਇਸ ਲਈ ਤੁਸੀਂ ਪੇਪਰ ਵਰਕ ਰੈਡੀ ਰੱਖਣਾ। ਨਿਮਰਤ, ਤੂੰ ਇੱਕ ਇੰਡੀਪੈਂਡੈਂਟ ਕੁੜੀ ਹੈ, ਤੂੰ ਬੜੀ ਸਮਝਦਾਰ ਆ। ਡਿਵੋਰਸ ਦੇ ਵਿੱਚ ਕੁਛ ਨਹੀਂ ਰੱਖਿਆ। ਕੁਛ ਰਿਸ਼ਤੇ ਖਤਮ ਹੋ ਜਾਣ, ਉਸ ਵਿੱਚ ਹੀ ਸਭ ਦੀ ਭਲਾਈ ਹੁੰਦੀ ਹੈ, ਅਤੇ ਇਹ ਰਿਸ਼ਤਾ ਕੁਛ ਇਹੋ ਜਿਹਾ ਹੀ ਸੀ ਮੇਰੇ ਲਈ। ਪਰ ਫਿਰ ਵੀ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚ, ਹਲੇ ਵੀ ਕੁਛ ਨਹੀਂ ਬਿਗੜਿਆ। ਹਾਂਜੀ ਸਿਮਰਨ, ਯਾ ਮੈਂ 15 ਮਿੰਟਸ ਪਹੁੰਚ ਰਹੀ ਹਾਂ ਤੇਰੇ ਕੋਲ। ਸਿਮਰਨ, ਮੈਂ ਬਸ ਤੇਰੇ ਕਰਕੇ ਆ ਰਹੀ ਹਾਂ, ਬਿਕੋਜ਼ ਮੈਂ ਆਲਰੇਡੀ ਡਿਸੀਜਨ ਲੈ ਚੁੱਕੀ ਹਾਂ। ਠੀਕ ਹੈ, ਮੈਂ ਪਹੁੰਚਦੀ ਹਾਂ। ਅਸੀਂ ਇੱਕ ਦੂਜੇ ਦਾ ਨਾ ਦੁੱਖ ਸੀ ਸਹਾਰਦੇ। ਪਿਕਚਰ ਬਹੁਤ ਸੋਹਣੀ ਹੈ। ਜਿੱਤ ਕੇ ਵੀ ਕੰਮ 'ਚ ਬਿਜ਼ੀ ਹੋਣ ਕਰਕੇ ਚੇਂਜ ਕਰਨਾ ਭੁੱਲ ਗਈ ਸੀ। ਨਿਮਰਤ, ਇੱਕ ਵਾਰੀ ਫਿਰ ਸੋਚ, ਡੰਗਾਈ ਦੇ ਨਾਲ ਸੋਚ। ਡਿਵੋਰਸ ਦੇ ਵਿੱਚ ਕੁਛ ਨਹੀਂ ਰੱਖਿਆ। ਨਿਮਰਤ, ਗੁੱਸੇ 'ਚ ਲਏ ਹੋਏ ਫੈਸਲਿਆਂ ਨੂੰ ਲੈ ਕੇ ਇਨਸਾਨ ਨੂੰ ਕਈ ਵਾਰ ਪਛਤਾਉਣਾ ਪੈਂਦਾ। ਸੋਚ ਲੈ, ਬਾਕੀ ਜਿਵੇਂ ਤੂੰ ਕਹੇਂਗੀ ਉਹਦੇ ਹਿਸਾਬ ਦੇ ਨਾਲ ਮੈਂ ਤੇਰੇ ਪੇਪਰ ਤਿਆਰ ਕਰ ਦੂੰਗੀ। ਠੀਕ ਹੈ। ਨਿਮਰਤ, ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਮਾਂ, ਮੈਂ ਆਲਰੇਡੀ ਲੇਟ ਹੋ ਰਹੀ ਹਾਂ, ਆਪਾਂ ਬਾਅਦ 'ਚੋਂ ਗੱਲ ਕਰ ਲਈਏ। ਪੁੱਤਰ, ਜੇ ਤੂੰ ਆਪਣੀਆਂ ਪ੍ਰੋਬਲਮ ਅੰਮ੍ਰਿਤ ਨੂੰ ਦੱਸੇਗੀ ਉਹ ਜ਼ਰੂਰ ਸਮਝੂਗਾ, ਪਰ ਇਹ ਸਭ ਕੁਛ ਕਰਨ ਦੀ ਕੀ ਲੋੜ ਸੀ? ਮਾਂ, ਅੰਮ੍ਰਿਤ ਨੇ ਕਦੇ ਮੈਨੂੰ ਆਪਣੀਆਂ ਪ੍ਰੋਬਲਮਸ ਨਹੀਂ ਦੱਸੀਆਂ, ਮੈਂ ਫਿਰ ਵੀ ਸਮਝੀਆਂ, ਉਹ ਵੀ ਤਾਂ ਸਮਝ ਸਕਦਾ ਸੀ। ਪੁੱਤਰ, ਮਾਂ, ਜੇ ਤੁਸੀਂ ਇਹੀ ਗੱਲਾਂ ਕਰਨੀਆਂ, ਮੈਂ ਅੱਜ ਹੀ ਆਪਣੀ ਫਰੈਂਡ ਕੋਲ ਮੂਵ ਹੋ ਜਾਣਾ। ਉਹ ਕਿਹੜੇ ਮਾਂ ਬਾਪ ਹੈ ਜਿਹੜੇ ਆਪਣੇ ਧੀਆਂ ਪੁੱਤਾਂ ਦਾ ਘਰ ਟੁੱਟਦਾ ਦੇਖ ਸਕਣ? ਮਾਂ, ਮੈਂ ਘਰ ਟੁੱਟਣ ਦੇ ਡਰ ਤੋਂ ਹੁਣ ਸਾਰੀ ਜ਼ਿੰਦਗੀ ਕੰਪਰੋਮਾਈਜ਼ 'ਚ ਨਹੀਂ ਰਹਿ ਸਕਦੀ। ਮੈਂ ਇਸ ਟੌਪਿਕ 'ਤੇ ਹੋਰ ਗੱਲ ਨਹੀਂ ਕਰਨੀ। ਹਾਏ ਰੱਬਾ, ਕਿਹੋ ਜਿਹਾ ਜ਼ਮਾਨਾ ਆ ਗਿਆ, ਆਪਣੇ ਹੀ ਧੀਆਂ ਪੁੱਤਾਂ ਨੂੰ ਸਮਝਾਉਣ ਵੇਲੇ ਇੱਕ ਡਰ ਜਿਹਾ ਲੱਗਿਆ ਰਹਿੰਦਾ ਕਿਤੇ ਸਾਨੂੰ ਛੱਡ ਕੇ ਨਾ ਚਲੇ ਜਾਣ। ਵਾਹਿਗੁਰੂ ਜੀ, ਮੇਰੀ ਧੀ ਦਾ ਘਰ ਟੁੱਟਣ ਤੋਂ ਬਚਾਇਓ। ਮਨਜੀਤ, ਅੰਮ੍ਰਿਤ ਉੱਠ ਗਿਆ? ਉਹ ਤਾਂ ਤੜਕੇ ਦਾ ਉੱਠਿਆ। ਮੂਡ ਠੀਕ ਹੈ ਉਸਦਾ? ਪਤਾ ਨਹੀਂ, ਸਰਬਜੀਤ ਭਾਜੀ ਆਏ ਹੋਏ ਨੇ। ਸਰਬਜੀਤ, ਇੰਨੀ ਸਵੇਰੇ ਸਵੇਰੇ? ਸ਼ਾਇਦ ਭਾਜੀ ਉਹਨੂੰ ਸਮਝਾਉਣ ਲਈ ਆਏ ਨੇ। ਇਹ ਗੱਲ ਇੱਕ ਨੂੰ ਸਮਝਾਉਣ ਦੇ ਨਾਲ ਠੀਕ ਨਹੀਂ ਹੋਣੀ, ਦੋਵਾਂ ਨੂੰ ਹੀ ਸਮਝਾਉਣਾ ਪੈਣਾ। ਅੰਮ੍ਰਿਤ ਦੇ ਬਾਪੂ, ਜੇ ਇੱਕ ਸਮਝ ਆਵੇ ਤਾਂ ਦੂਜਾ ਆਪੇ ਉਸਨੂੰ ਸਮਝਾ ਦੇਵੇਗਾ। ਜਿੱਦਾਂ ਵਾਹਿਗੁਰੂ ਨੂੰ ਮਨਜ਼ੂਰ। ਅੰਮ੍ਰਿਤ, ਇੱਕ ਵਾਰੀ ਹੋਰ ਸੋਚ ਲਾ ਸਾਂਝ ਕਰਨ ਤੋਂ ਪਹਿਲਾਂ, ਕਿਤੇ ਬਾਅਦ 'ਚ ਤੈਨੂੰ ਪਛਤਾਉਣਾ ਨਾ ਪਵੇ।
ਅੰਕਲ ਜਦ ਸੋਚਣ ਦਾ ਟਾਈਮ ਸੀ ਤਦ ਤਾਂ ਸੋਚਿਆ ਨਹੀਂ, ਹੁਣ ਸੋਚ ਕੇ ਕੋਈ ਫਾਇਦਾ ਨਹੀਂ। ਤੁਸੀਂ ਪੇਪਰ ਵਰਕ ਸਟਾਰਟ ਕਰੋ। ਮੈਨੂੰ 20 ਸਾਲ ਹੋ ਗਏ ਪੀਤੀ ਨੂੰ, ਅੱਜ ਲੱਗਦਾ ਪੀਣੀ ਪੈਣੀ ਆ। ਅੰਕਲ ਆ ਦਾਰੂ ਕਿਸੇ ਦੀ ਨਹੀਂ ਹੋਈ, ਨਾ ਪੀਆ ਕਰੋ। ਓਏ ਹੁਣ ਮੈਂ ਚੱਲਦਾ, ਖਿਆਲ ਰੱਖੀ ਆਪਣਾ। ਪੁੱਤਰ ਇਹ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ। ਡੈਡੀ ਮੈਂ ਫੈਸਲਾ ਲੈ ਚੁੱਕਾ, ਮੈਂ ਹੁਣ ਇਸ ਬਾਰੇ ਕੁਛ ਹੋਰ ਨਹੀਂ ਸੋਚਣਾ ਚਾਹੁੰਦਾ। ਇਹ ਜੋ ਵੀ ਹੋ ਰਿਹਾ ਸ਼ਾਇਦ ਰੱਬ ਨੂੰ ਵੀ ਇਹੀ ਮਨਜ਼ੂਰ ਆ। ਰੱਬ ਨੂੰ ਕਿਵੇਂ ਮਨਜ਼ੂਰ ਹੋ ਸਕਦਾ, ਤੂੰ ਇੱਕ ਵਾਰੀ ਫਿਰ ਆਪਣੇ ਫੈਸਲੇ ਬਾਰੇ ਸੋਚ। ਡੈਡੀ ਜੇ ਇਹ ਗੱਲ ਰੱਬ ਨੂੰ ਮਨਜ਼ੂਰ ਨਹੀਂ ਹੈ ਨਾ ਤਾਂ ਫਿਰ ਸਭ ਹੋਏਗਾ ਵੀ ਨਹੀਂ, ਪਰ ਫਿਲਹਾਲ ਮੈਂ ਫੈਸਲਾ ਲੈ ਲਿਆ। ਪਰ ਪੁੱਤਰ। ਡੈਡੀ ਮੈਂ ਸੋਚ ਲਿਆ, ਮੈਂ ਹੁਣ ਇਸ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਹੁਣ ਜਾ ਰਿਹਾ, ਆਪਾਂ ਸ਼ਾਮੀ ਮਿਲਦੇ ਹਾਂ। ਅੰਮ੍ਰਿਤ ਪੁੱਤਰ ਤੂੰ ਰੋਟੀ ਤਾਂ ਖਾ ਲੈਂਦਾ, ਰਾਤੀ ਵੀ ਤੂੰ ਰੋਟੀ ਨਹੀਂ ਖਾਧੀ। ਮਾਤਾ ਭੁੱਖ ਹੈ ਨਹੀਂ। ਚੰਗਾ ਤੁਸੀਂ ਆਪਣਾ ਖਿਆਲ ਰੱਖਿਓ, ਮੈਂ ਹੁਣ ਚੱਲਦਾ, ਆਪਾਂ ਸ਼ਾਮੀ ਮਿਲਦੇ ਹਾਂ। ਅੰਮ੍ਰਿਤ ਨਿਮਰਤ ਅੰਦਰ ਹੀ ਹੈ, ਮੇਰੀ ਮੰਨੇ ਤੂੰ ਇੱਕ ਵਾਰੀ ਨਿਮਰਤ ਨਾਲ ਗੱਲ ਕਰਕੇ ਦੇਖ ਲੈ, ਬਾਕੀ ਵੀਰ ਮੇਰੇ ਤੇਰੀ ਮਰਜ਼ੀ ਹੈ। ਬਾਈ ਜੀ ਮੈਂ ਗੱਲ ਤਾਂ ਕਰ ਲਵਾਂਗਾ ਪਰ ਕੋਈ ਫਾਇਦਾ ਨਹੀਂ ਹੋਣਾ, ਪਰ ਮੈਂ ਕੋਸ਼ਿਸ਼ ਕਰਾਂਗਾ। ਤੂੰ ਆਪਣੇ ਵੱਲੋਂ ਕੋਸ਼ਿਸ਼ ਕਰ ਅਤੇ ਤੂੰ ਚੱਲ ਅੰਦਰ ਅਤੇ ਮੈਂ ਗੱਡੀ ਪਾਰ ਕਰਕੇ ਆਉਂਦਾ। ਠੀਕ ਹੈ। ਹਾਂਜੀ ਅੰਮ੍ਰਿਤ ਨੇ ਦੱਸਿਆ ਤੁਹਾਨੂੰ ਕੁਛ? ਉਹ ਤਾਂ ਪੂਰੇ ਰਸਤੇ ਨਾ ਬਿਲਕੁਲ ਚੁੱਪ ਬੈਠਾ ਰਿਹਾ, ਲੱਗਦਾ ਆਪਣੇ ਰਿਸ਼ਤੇ ਨੂੰ ਲੈ ਕੇ ਨਾ ਉਹ ਬਾਹਲਾ ਹੀ ਤਕਲੀਫ 'ਚ। ਉਹ ਤੈਨੂੰ ਨਿਮਰਤ ਨੇ ਕੁਛ ਦੱਸਿਆ? ਨਾ, ਜਦੋਂ ਦੀ ਆਈ ਹੋਈ ਆ ਉਦੋਂ ਦੀ ਚੁੱਪ ਹੀ ਬੈਠੀ ਆ, ਨਾ ਹੀ ਕੁਛ ਅੰਮ੍ਰਿਤ ਬਾਰੇ ਗੱਲ ਕਰ ਰਹੀ ਹੈ। ਅਗਲੇ ਹਫ਼ਤੇ ਨਾ ਇਹਨਾਂ ਦੋਨਾਂ ਦਾ ਡਿਵੋਰਸ ਹੋ ਜਾਣਾ। ਮੈਨੂੰ ਤਾਂ ਇਹ ਫਿਕਰ ਆ ਜੇ ਇਹ ਦੋਨਾਂ ਨੇ ਬੈਠ ਕੇ ਆਪਣੇ ਰਿਸ਼ਤੇ ਨੂੰ ਨਾ ਸੁਲਝਾਇਆ ਤਾਂ ਬਹੁਤ ਵੱਡੀ ਮੁਸੀਬਤ ਆ ਜਾਣੀ।
ਅੰਮ੍ਰਿਤ ਤੁਸੀਂ ਗੱਲਬਾਤ ਕਰੋ, ਅਸੀਂ ਆਉਂਦੇ ਹਾਂ। ਅੰਮ੍ਰਿਤ ਠੀਕ ਹੈ? ਹਾਂਜੀ, ਮੋਮ ਡੈਡ ਠੀਕ ਨੇ? ਹਾਂ, ਮੋਮ ਡੈਡ ਵੀ ਅਤੇ ਮੈਂ ਵੀ। ਮੈਂ ਇੱਕ ਮਿੰਟ ਫੋਨ ਸੁਣ ਕੇ ਆਈ। ਨਿਮਰਤ, ਤੈਨੂੰ ਕੀ ਲੱਗਦਾ ਕਿ ਆਪਾਂ ਜੋ ਇਹ ਫੈਸਲਾ ਲੈ ਰਹੇ ਹਾਂ ਇਹ ਸਹੀ ਹੈ? ਹਾਂਜੀ ਬਿਲਕੁਲ। ਨਿਮਰਤ, ਗਲਤੀ ਆਪਣੀ ਦੋਵਾਂ ਦੀ ਸੀ। ਇਸੇ ਕਰਕੇ ਅੰਮ੍ਰਿਤ, ਫੈਸਲਾ ਵੀ ਆਪਾਂ ਦੋਵਾਂ ਦਾ ਹੀ ਹੈ। ਪਰ ਤੇਰੀਆਂ ਗੱਲਾਂ ਤਾਂ ਇਹ ਲੱਗਦਾ ਕਿ ਜਿਵੇਂ ਸਾਰੀ ਗਲਤੀ ਮੇਰੀ ਹੋਵੇ। ਚੱਲ ਠੀਕ ਹੈ, ਜੇ ਤੈਨੂੰ ਲੱਗਦਾ ਨਾ ਕਿ ਗਲਤੀ ਮੇਰੀ ਹੈ ਤਾਂ ਘੱਟੋ ਘੱਟ ਮੈਨੂੰ ਇਹ ਤਾਂ ਦੱਸ ਦੇ ਕਿ ਮੇਰੀ ਗਲਤੀ ਹੈ ਕੀ। ਵਾਹ ਅੰਮ੍ਰਿਤ, ਅਜੇ ਤੱਕ ਤੈਨੂੰ ਇਹੀ ਨਹੀਂ ਪਤਾ ਲੱਗਿਆ ਤੇਰੀ ਗਲਤੀ ਕੀ ਹੈ? ਮੈਨੂੰ ਤਾਂ ਲੱਗਦਾ ਸੀ ਹੁਣ ਤੱਕ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਣਾ। ਨਿਮਰਤ, ਤੂੰ ਹਰ ਵਾਰੀ ਇਦਾਂ ਕਿਉਂ ਕਰਦੀ ਹੈ ਯਾਰ? ਦੇਖਿਆ, ਆ ਗਿਆ ਨਾ ਫਿਰ ਗੁੱਸਾ। ਓਹੋ, ਤੁਸੀਂ ਤਾਂ ਫਿਰ ਦੋਨੋਂ ਜਣੇ ਉਹੀ ਪੁਰਾਣੀਆਂ ਗੱਲਾਂ ਲੈ ਕੇ ਬੈਠ ਗਏ ਹੋ। ਓਏ ਅੰਮ੍ਰਿਤ, ਜੋ ਹੋ ਗਿਆ ਸੋ ਹੋ ਗਿਆ, ਹੁਣ ਤੁਸੀਂ ਪੁਰਾਣੀਆਂ ਗੱਲਾਂ ਤੇ ਪਾਓ ਮਿੱਟੀ, ਨਾਲੇ ਤੁਸੀਂ ਦੋਨੋਂ ਆਪਣੇ ਫਿਊਚਰ ਤੇ ਸੋਚੋ। ਗਲਤੀ ਭਾਵੇਂ ਜਿਹਦੀ ਮਰਜ਼ੀ ਹੋਵੇ, ਲਾਈਫ ਕਿਹਦੀ ਖਰਾਬ ਹੋਣੀ? ਤੁਹਾਡੀ। ਰਿਸ਼ਤਾ ਕਿਹਦਾ ਖਰਾਬ ਹੋਣਾ? ਤੁਹਾਡਾ। ਇੱਕ ਮਿੰਟ, ਇੰਪੋਰਟੈਂਟ ਕਾਲ ਆ। ਅੰਮ੍ਰਿਤ, ਇਹ ਟਾਈਮ ਹੁਣ ਗੁੱਸਾ ਕਰਨ ਦਾ ਨਹੀਂ ਹੈਗਾ, ਬਲਕਿ ਸਿਚੁਏਸ਼ਨ ਨੂੰ ਸੰਭਾਲਣੇ ਦਾ ਆ। ਸਿਮਰਨ, ਤੂੰ ਜਾ ਕੇ ਨਿਮਰਤ ਨੂੰ ਸਮਝਾ ਜਾ। ਠੀਕ ਆ। ਹੁਣ ਤੁਸੀਂ ਆਪ ਦੇਖ ਲਓ, ਇਹਨੂੰ ਹਾਲੇ ਵੀ ਇਹ ਲੱਗਦਾ ਕਿ ਸਾਰੀ ਗਲਤੀ ਮੇਰੀ ਆ। ਮੇਰੇ ਯਾਰ, ਤੂੰ ਸ਼ਾਂਤ ਹੋ, ਇਹ ਜਨਾਨੀਆਂ ਤਾਂ ਗੁੱਸਾ ਕਰਦੀਆਂ ਹੀ ਹੁੰਦੀਆਂ। ਬਾਈ ਜੀ, ਇੱਦਾਂ ਦਾ ਵੀ ਕਾਹਦਾ ਗੁੱਸਾ? ਪਤਾ ਮੰਮੀ ਡੈਡੀ ਕਿੰਨੇ ਪਰੇਸ਼ਾਨ ਆ। ਸਵੇਰੇ ਵਕੀਲ ਅੰਕਲ ਆਏ ਸੀਗੇ, ਡਿਵੋਰਸ ਦੇ ਪੇਪਰ ਰੈਡੀ ਕਰਨ ਨੂੰ ਕਹਿਤਾ ਉਹਨਾਂ ਨੂੰ ਮੈਂ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਮੈਂ ਕਰਾਂ ਕੀ। ਬਸ ਤੂੰ ਸ਼ਾਂਤ ਹੋ, ਆਪਾਂ ਸਿਚੁਏਸ਼ਨ ਨੂੰ ਸੰਭਾਲਣਾ, ਨਾ ਕਿ ਵਿਗਾੜਨਾ। ਸਿਚੁਏਸ਼ਨ ਤਾਂ ਵਿਗੜ ਗਈ ਹੈ ਬਾਈ ਜੀ। ਅੰਮ੍ਰਿਤ, ਤੂੰ ਹੌਸਲਾ ਰੱਖ। ਡੈਡ, ਮੈਂ ਫੈਸਲਾ ਲੈ ਚੁੱਕੀ ਹਾਂ। ਓਕੇ ਡੈਡ, ਮੈਂ ਫੋਨ ਰੱਖਦੀ ਹਾਂ। ਨਿਮਰਤ, ਮੈਂ ਤਾਂ ਤੈਨੂੰ ਕਦੀ ਇੰਨੇ ਗੁੱਸੇ 'ਚ ਨਹੀਂ ਦੇਖਿਆ। ਤੂੰ ਤਾਂ ਬਹੁਤ ਖੁਸ਼ ਰਹਿਣ ਵਾਲਿਆਂ 'ਚੋਂ ਸੀ। ਸੀ, ਪਰ ਹੁਣ ਨਹੀਂ। ਪਰ ਤੈਨੂੰ ਪਤਾ ਨਿਮਰਤ, ਵਿਆਹ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਆ, ਪਹਿਲੇ ਵਾਲੀਆਂ ਚੀਜ਼ਾਂ ਨਹੀਂ ਰਹਿੰਦੀਆਂ। ਇਨਸਾਨ ਦੀਆਂ ਕਈਆਂ ਗੱਲਾਂ ਵੀ, ਮਤਲਬ ਵਿਆਹ ਨੂੰ ਬਚਾਉਣ ਲਈ ਮੈਂ ਪੂਰੀ ਜ਼ਿੰਦਗੀ ਕੰਪਰੋਮਾਈਜ਼ ਵਾਲੀ ਜ਼ਿੰਦਗੀ ਜੀਵਾਂ। ਨਿਮਰਤ, ਪਲੀਜ਼ ਸਿਮਰਨ। ਸੌਰੀ ਅੰਮ੍ਰਿਤ, ਸ਼ਾਇਦ ਮੈਂ ਗੁੱਸੇ 'ਚ ਕੁਝ ਜ਼ਿਆਦਾ ਬੋਲ ਗਈ ਸੀ। ਇਟਸ ਓਕੇ। ਅੰਮ੍ਰਿਤ, ਮੈਨੂੰ ਲੱਗਦਾ ਆਪਾਂ ਨੇ ਜੋ ਫੈਸਲਾ ਲਿਆ ਸ਼ਾਇਦ ਇਹੀ ਆਪਾਂ ਦੋਹਾਂ ਲਈ ਠੀਕ ਹੈ। ਠੀਕ ਹੈ ਨਿਮਰਤ, ਜੇ ਤੈਨੂੰ ਇਹ ਲੱਗਦਾ ਨਾ ਕਿ ਤੇਰਾ ਲਿੱਤਾ ਹੋਇਆ ਫੈਸਲਾ ਸਾਡੇ ਦੋਹਾਂ ਲਈ ਠੀਕ ਆ, ਤਾਂ ਹੁਣ ਮੈਂ ਵੀ ਤੈਨੂੰ ਨਹੀਂ ਰੋਕਦਾ। ਤੈਨੂੰ ਡਿਵੋਰਸ ਚਾਹੀਦਾ ਨਾ, ਤੈਨੂੰ ਡਿਵੋਰਸ ਮਿਲੂੰਗਾ। ਹੁਣ ਮੈਂ ਤੈਨੂੰ ਨਹੀਂ ਰੋਕਦਾ। ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਨਿਮਰਤ, ਅੰਮ੍ਰਿਤ, ਰੋਕ ਉਹਨੂੰ। ਨਹੀਂ ਬਾਈ ਜੀ, ਹੁਣ ਬਹੁਤ ਲੇਟ ਹੋ ਗਿਆ।
ਸ਼ਾਇਦ ਨਿਮਰਤ ਸਹੀ ਕਹਿ ਰਹੀ ਹੈ, ਡਿਵੋਰਸ ਹੀ ਸਾਡੇ ਦੋਹਾਂ ਲਈ ਠੀਕ ਰਹੂੰਗਾ। ਡਿਵੋਰਸ ਅਸੀਂ ਇੱਕ ਦੂਜੇ ਦਾ ਨਾ ਦੁੱਖ ਸੀ ਸਹਾਰਦੇ, ਜਿੱਤ ਕੇ ਵੀ ਇੱਕ ਦੂਜੇ ਉੱਤੋਂ ਬਾਜ਼ੀ ਹਾਰਦੇ, ਕਦੇ ਸੁਪਨੇ ਸਜਾਏ ਹੋਣਾ ਨੀਂਦਰਾਂ ਗਵਾਈਆਂ, ਸਾਨੂੰ ਦੋਵਾਂ ਨੂੰ ਨਾ ਪਤਾ ਪੈਣੀਆਂ ਜੁਦਾਈਆਂ, ਸਾਨੂੰ ਦੋਵਾਂ ਨੂੰ ਨਾ ਪਤਾ ਜੁਦਾਈਆਂ, ਤਕਦੀਰ ਕੀ ਏ ਇਹਨਾ ਦੇਖਾਂ ਨੂੰ ਸਿਆਣਿਆ, ਅਸੀਂ ਕਦੇ ਹੱਥਾਂ ਦੀਆਂ ਲੀਕਾਂ ਨੂੰ ਅੱਜ ਲਿਖੀਆਂ ਨਸੀਬਾਂ ਦੀਆਂ ਮੂਹਰੇ ਸਾਡੇ ਆਈਆਂ, ਸਾਨੂੰ ਦੋਵਾਂ ਨੂੰ ਨਾ ਪਤਾ ਸੀ ਪੈਣੀਆਂ ਜੁਦਾਈਆਂ, ਓ ਰੱਬਾ ਦੋਵਾਂ ਨੂੰ ਨਾ ਪਤਾ ਸੀ ਪੈਣੀਆਂ ਜੁਦਾਈਆਂ। ਸਤਿ ਸ਼੍ਰੀ ਅਕਾਲ ਅੰਕਲ। ਅੰਮ੍ਰਿਤ, ਨਿਮਰ ਤੇ ਵਕੀਲ ਦਾ ਫੋਨ ਆਇਆ ਸੀ ਅਤੇ ਉਹਨੇ ਮੈਨੂੰ ਦੱਸਿਆ ਕਿ ਨਿਮਰਤ ਨੂੰ ਨਾ ਤੇਰੇ ਪੈਸੇ ਚਾਹੀਦੇ ਆ ਨਾ ਤੇਰੀ ਪ੍ਰੋਪਰਟੀ। ਮੈਨੂੰ ਪਤਾ ਜੀ ਅੰਕਲ ਕਿ ਨਿਮਰਤ ਵੱਲੋਂ ਕੁਝ ਇਹੋ ਜਿਹਾ ਜਵਾਬ ਹੀ ਆਇਆ, ਪਰ ਤੁਸੀਂ ਆਪਣਾ ਪੇਪਰ ਵਰਕ ਕੰਟੀਨਿਊ ਰੱਖੋ, ਮੈਂ ਫੈਸਲਾ ਲੈ ਲਿਆ। ਅੰਮ੍ਰਿਤ, ਤੂੰ ਮੈਨੂੰ ਆਪਣਾ ਫੈਸਲਾ ਤਾਂ ਦੱਸ ਚੁੱਕਿਆ, ਪਰ ਫਿਰ ਵੀ ਜੇ ਗੱਲਬਾਤ ਕਰਕੇ ਤੁਹਾਡਾ ਰਿਸ਼ਤਾ ਠੀਕ ਹੋ ਸਕਦਾ ਫਿਰ ਆ ਸਭ ਕੁਛ ਕਿਉਂ? ਹੁਣ ਇਸ ਰਿਸ਼ਤੇ 'ਚ ਗੱਲਬਾਤ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹੀ, ਤੁਸੀਂ ਆਪਣਾ ਪੇਪਰ ਵਰਕ ਕੰਟੀਨਿਊ ਰੱਖੋ, ਮੇਰਾ ਫੈਸਲਾ ਨਹੀਂ ਬਦਲਣ ਵਾਲਾ। ਚੰਗਾ ਅੰਕਲ, ਮੈਂ ਚੱਲਦਾ। ਅੰਮ੍ਰਿਤ, ਤੂੰ ਮੈਨੂੰ ਕਹਿਣਾ ਹੋਣਾ ਵੀ ਅੰਕਲ ਆ ਦਾਰੂ ਕਿਸੇ ਦੀ ਨਹੀਂ ਹੈ, ਇਹ ਈਗੋ ਦਾ ਗੁੱਸਾ ਇਹ ਵੀ ਕਿਸੇ ਦਾ ਨਹੀਂ ਹੋਇਆ, ਜ਼ਿੰਦਗੀ 'ਚ ਆ ਕੇ ਬੰਦੇ ਦੇ ਰਿਸ਼ਤੇ ਖਤਮ ਕਰ ਜਾਂਦੀ ਆ, ਮੇਰੀ ਜ਼ਿੰਦਗੀ 'ਚ ਵੀ ਆਈ ਸੀ ਅਤੇ ਜਾਂਦੀ ਜਾਂਦੀ ਮੈਨੂੰ ਆ ਦਾਰੂ ਦੇ ਗਈ। ਮੈਂ ਨਹੀਂ ਚਾਹੁੰਦਾ ਅੰਮ੍ਰਿਤ ਕਿ ਤੇਰੇ ਨਾਲ ਕੁਛ ਇਹੋ ਜਿਹਾ ਹੋਵੇ, ਬਾਕੀ ਤੇਰੀ ਮਰਜ਼ੀ ਆ। ਠੀਕ ਹੈ ਜੀ। ਸਾਰਾ ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ। ਭਾਈ ਸਾਹਿਬ, ਨਿਮਰਤ ਇੱਕ ਬੜੀ ਇੰਟੈਲੀਜੈਂਟ ਕੁੜੀ ਆ, ਬਚਪਨ ਤੋਂ ਉਹਨੂੰ ਦੇਖਦੀ ਆ ਰਹੀ ਹੈਗੀ ਆ,
ਇੱਕ ਵਾਰੀ ਤਾਂ ਇਹਦੇ ਨਾਲ ਗੱਲ ਕਰਕੇ ਵੇਖੋ। ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸਾਰਾ ਉਸ ਨੂੰ ਸਮਝਾਉਣ ਦੀ, ਬਾਕੀ ਹੁਣ ਇਹਦੇ ਤੇ ਆ। ਭੈਣ ਜੀ ਤੁਸੀਂ ਕੋਸ਼ਿਸ਼ ਕਰੋ। ਭੈਣ ਜੀ ਮੈਂ ਮਾਂ ਏ, ਮਾਂ ਤੋਂ ਵੱਧ ਇਹਨੂੰ ਦੁੱਖ ਹੁੰਦਾ। ਇਹਨਾਂ ਨੇ ਵੀ ਬਹੁਤ ਸਮਝਾਇਆ, ਮੈਂ ਵੀ ਸਮਝਾਇਆ। ਭੈਣ ਜੀ ਉਹਦੇ ਡਿਵੋਰਸ ਦੇ ਪੇਪਰ ਵੀ ਰੈਡੀ ਹੋ ਚੁੱਕੇ ਹੈਗੇ, ਹੁਣ ਤਾਂ ਸਿਰਫ ਉਹਦੇ ਇੱਕ ਸਿਗਨੇਚਰ ਦੀ ਲੋੜ ਆ। ਮੈਂ ਫਾਈਲਾਂ ਭੇਜ ਦਿਆਂ ਆ, ਉਹਨਾਂ ਨੂੰ ਸਾਈਨ ਕਰਕੇ ਛੇਤੀ ਵਾਪਸ ਭੇਜ ਦਿਓ। ਓਕੇ ਓਕੇ ਬਾਏ। ਸਤਿ ਸ਼੍ਰੀ ਅਕਾਲ ਸਰਬਜੀਤ। ਜਗਤਾਪ ਤੂੰ ਇੱਥੇ? ਮੈਂ ਅੰਮ੍ਰਿਤ ਬਾਰੇ ਗੱਲ ਕਰਨੀ ਸੀ। ਜਗਤਾਪ ਮੈਂ ਅੰਮ੍ਰਿਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਲੱਗਦਾ ਉਹਨੇ ਡਿਵੋਰਸ ਦਾ ਡਿਸੀਜਨ ਫਾਈਨਲ ਕਰ ਲਿਆ। ਮੈਨੂੰ ਤਾਂ ਇਹੀ ਗੱਲ ਸਮਝ ਨਹੀਂ ਆ ਰਹੀ, ਇਹਨਾਂ ਦੋਵਾਂ 'ਚ ਇਹੋ ਜਿਹੀ ਕਿਹੜੀ ਗੱਲ ਹੋ ਗਈ ਕਿ ਗੱਲ ਇੱਥੇ ਤੱਕ ਅੱਪੜ ਗਈ? ਜਗਤਾਪ ਇਹ ਦਿਲ ਦਾ ਮਾਮਲਾ ਹੈ, ਬਹੁਤ ਨਾਜ਼ੁਕ ਹੁੰਦਾ। ਜਦੋਂ ਪਿਆਰ ਕਰਨਾ ਹੱਦ ਵੱਧ ਕਰਨਾ, ਅਤੇ ਜਦੋਂ ਨਫ਼ਰਤ ਕਰਨੀ ਉਹ ਵੀ ਹੱਦ ਵੱਧ। ਮੈਂ ਕੀ ਕਰਾਂ ਮੇਰੇ ਯਾਰਾ, ਮੇਰੇ ਤੋਂ ਆਪਣੇ ਮੁੰਡੇ ਦਾ ਇਹ ਹਾਲ ਨਹੀਂ ਦੇਖਿਆ ਜਾਂਦਾ। ਜੋ ਮਿਸਟੇਕ ਅੰਮ੍ਰਿਤ ਕਰ ਰਿਹਾ ਅੱਜ ਤੋਂ 20 ਸਾਲ ਪਹਿਲੇ ਮੈਂ ਵੀ ਕੀਤੀ ਸੀ, ਅਤੇ ਹਾਲੇ ਤੱਕ ਮੈਂ ਪਛਤਾਉਂਦਾ ਹਾਂ। ਗੁੱਸੇ ਅਤੇ ਈਗੋ ਨੇ ਮੇਰੀ ਜ਼ਿੰਦਗੀ ਬਦਲਤੀ। ਡਿਵੋਰਸ ਲੈਣਾ ਬਹੁਤ ਆਸਾਨ ਆ, ਪਰ ਉਹ ਤੋਂ ਬਾਅਦ ਇਕੱਲੇ ਰਹਿਣਾ ਬਹੁਤ ਮੁਸ਼ਕਲ ਆ। ਤਾਂ ਹੀ ਮੈਂ ਕਹਿ ਰਿਹਾ ਆਪਾਂ ਕਿਉਂ ਨਾ ਕੋਈ ਇਸਦਾ ਹੱਲ ਲੱਭੀਏ। ਸਰਬਜੀਤ ਸਾਡੇ ਬੱਚੇ ਜਲਦਬਾਜ਼ੀ ਵਿੱਚ ਬਹੁਤ ਗਲਤ ਫੈਸਲਾ ਲੈ ਰਹੇ ਨੇ। ਇੱਕ ਰਾਹ ਹੈ, ਤੂੰ ਇੱਦਾਂ ਕਰ, ਇੱਕ ਵਾਰੀ ਨਿਮਰਤ ਦੇ ਮਾਪੇ ਨੂੰ ਜਾ ਕੇ ਮਿਲ, ਜੇ ਉਹਨੂੰ ਸਮਝਾਉਣ ਸ਼ਾਇਦ ਇਹ ਡਿਵੋਰਸ ਨਾ ਹੋਵੇ। ਤੂੰ ਠੀਕ ਕਹਿ ਰਿਹਾ ਸਰਬਜੀਤ, ਮੈਂ ਅੱਜ ਹੀ ਜਾ ਕੇ ਉਹਨਾਂ ਨੂੰ ਮਿਲਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਅੱਜ ਕੱਲ੍ਹ ਦੇ ਬੱਚੇ ਮਾਂ ਪਿਓ ਨੂੰ ਕੁਛ ਨਹੀਂ ਸਮਝਦੇ, ਆਪਣੀ ਮਰਜ਼ੀ ਕਰਦੇ ਨੇ, ਔਰ ਆਪਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਦੀ ਗੱਲ ਨੂੰ ਮੰਨਣਾ ਪੈਂਦਾ। ਜੇਕਰ ਆਪਾਂ ਇਹਨਾਂ ਦੀ ਗੱਲ ਨਹੀਂ ਮੰਨਦੇ ਨਾ, ਤਾਂ ਆਪਦੀ ਹੀ ਔਲਾਦ ਆਪਣੇ ਮਾਂ ਪਿਓ ਨੂੰ ਦੁਸ਼ਮਣ ਸਮਝਣ ਲੱਗ ਜਾਂਦੀ ਹੈ। ਦੇਖੋ ਜੀ ਨਿਮਰਤ ਵੀ ਹੁਣ ਸਾਨੂੰ ਕੁਛ ਦੱਸ ਨਹੀਂ ਰਹੀ, ਅੰਮ੍ਰਿਤ ਵੀ ਇਸ ਬਾਰੇ ਸਾਨੂੰ ਕੁਛ ਨਹੀਂ ਦੱਸ ਰਿਹਾ। ਮੇਰੇ ਖਿਆਲ ਨਾਲ ਜੋ ਵੀ ਇਹਨਾਂ ਦੇ ਵਿੱਚ ਹੋ ਰਿਹਾ ਇਹ ਦੋਵੇਂ ਹੀ ਇਸ ਗੱਲ ਨੂੰ ਠੀਕ ਕਰ ਸਕਦੇ ਨੇ। ਜੇਕਰ ਇਹ ਦੋਵੇਂ ਆਪਸ ਵਿੱਚ ਠੀਕ ਹੋ ਜਾਣ ਨਾ, ਤਾਂ ਇਸ ਤੋਂ ਵਧੀਆ ਗੱਲ ਕੀ ਹੈ? ਬਾਕੀ ਆਪਾਂ ਸਾਰੇ ਪਰਮਾਤਮਾ 'ਤੇ ਭਰੋਸਾ ਰੱਖੀਏ। ਸਹੀ ਕਿਹਾ ਤੁਸੀਂ, ਅਸੀਂ ਹੁਣ ਚੱਲਦੇ ਹਾਂ ਬਾਈ ਜੀ। ਆਪਣੇ ਵੱਲੋਂ ਅਸੀਂ ਅੰਮ੍ਰਿਤ ਨੂੰ ਪੂਰੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਤੁਸੀਂ ਵੀ ਨਿਮਰਤ ਨੂੰ ਸਮਝਾਇਓ। ਬਿਲਕੁਲ, ਹੋ ਸਕਦਾ ਵੀ ਸਾਡੇ ਬੱਚਿਆਂ ਦਾ ਘਰ ਟੁੱਟਣ ਤੋਂ ਬਚ ਜਾਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਿਮਰਤ ਮੈਂ ਸਾਰੀ ਫਾਈਲ ਪੜ੍ਹ ਲਈ ਆ, ਹੁਣ ਤਾਂ ਬਸ ਇੱਕ ਤੇਰੇ ਸਾਈਨ ਬਾਕੀ ਆ। ਤੇਰੇ ਸਾਈਨ ਤੋਂ ਬਾਅਦ ਮੈਂ ਅੰਮ੍ਰਿਤ ਦੇ ਵਕੀਲ ਨੂੰ ਇਨਫੋਰਮ ਕਰ ਦਿੰਦੀ ਹਾਂ।
ਚੰਗੀ, ਅੰਮ੍ਰਿਤ ਤੈਨੂੰ ਆਪਣੇ ਵੱਡੇ ਭਰਾ ਵਾਂਗਰ ਸਮਝਦਾ, ਕਿਉਂ ਨਹੀਂ ਸਮਝਾਉਂਦਾ ਤੂੰ ਉਹਨੂੰ? ਉਹ ਚਾਚਾ ਜੀ, ਮੈਂ ਤੇ ਸਿਮਰਨ ਨਿਮਰਤ ਤੇ ਅੰਮ੍ਰਿਤ ਨੂੰ ਬਹੁਤ ਵਾਰੀ ਸਮਝਾਉਣ ਗਏ ਆ, ਬਹੁਤ ਕੋਸ਼ਿਸ਼ ਕੀਤੀ ਆਪਾਂ। ਅਸੀਂ ਉਹਦੇ ਮਾਂ ਬਾਪ ਨੂੰ ਮਿਲ ਕੇ ਆਏ ਆ, ਉਹ ਨਿਰਮਤ ਨੂੰ ਜ਼ਰੂਰ ਸਮਝਾਉਣਗੇ। ਉਹ ਚਾਚੀ ਜੀ, ਉਹ ਅੱਜ ਦੇ ਨਿਆਣੇ ਕਿੱਥੇ ਸੁਣਦੇ ਆਪਣੇ ਮਾਂ ਬਾਪ ਦੀ ਗੱਲ, ਖਾਸ ਕਰਕੇ ਉਹ ਵੀ ਆਪਣੇ ਰਿਸ਼ਤਿਆਂ ਨੂੰ ਲੈ ਕੇ। ਮੈਨੂੰ ਤਾਂ ਇਹ ਫਿਕਰ ਆ ਉਹ ਕਿਤੇ ਨਾ ਨਿਮਰਤ ਨੇ ਡਿਵੋਰਸ ਪੇਪਰ ਸਾਈਨ ਨਾ ਕਰਦੇ ਹੋਣ। ਜਗਤਾਪ, ਨਿਮਰਤ ਨੇ ਡਿਵੋਰਸ ਪੇਪਰ ਸਾਈਨ ਕਰ, ਨਿਮਰਤ ਨੇ ਸਾਈਨ ਕਰਤੇ? ਜੱਗੀ, ਹੁਣ ਕੀ ਬਣੂਗਾ? ਜੇ ਕੱਲ੍ਹ ਨੂੰ ਅੰਮ੍ਰਿਤ ਨੇ ਸਾਈਨ ਕਰ ਦਿੱਤੇ, ਇਹਨਾਂ ਦਾ ਡਿਵੋਰਸ ਹੋ ਜਾਣਾ, ਫਿਰ ਕੋਈ ਕੁਛ ਨਹੀਂ ਕਰ ਸਕਦਾ। ਇੰਨੀ ਜਲਦੀ ਡਿਵੋਰਸ? ਭੈਣ ਜੀ, ਨਾ ਨਿਮਰਤ ਨੇ ਅੰਮ੍ਰਿਤ ਤੋਂ ਕੋਈ ਚੀਜ਼ ਮੰਗੀ, ਨਾ ਅੰਮ੍ਰਿਤ ਨੇ ਕਿਸੇ ਚੀਜ਼ ਲਈ ਮਨਾ ਕੀਤਾ, ਇਸ ਕਰਕੇ ਇਹੋ ਜਿਹੇ ਡਿਵੋਰਸ ਜਲਦੀ ਹੋ ਜਾਂਦੇ ਆ। ਇੱਕ ਗੱਲ ਦਾ ਮੈਨੂੰ ਯਕੀਨ ਆ, ਅੰਮ੍ਰਿਤ ਮੇਰਾ ਯਾਰ ਆ, ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਇਹ ਤਾਂ ਵਿੱਚ ਈਗੋ ਆ ਗਈ ਹੈ ਜਿਹਦੇ ਕਰਕੇ ਇਹ ਵਸਦਾ ਵਸਾਉਂਦਾ ਘਰ ਵਿਗੜ ਰਿਹਾ। ਗੱਲ ਤਾਂ ਤੇਰੀ ਸਹੀ ਆ ਜੱਗੀ, ਪਰ ਜੇ ਕੱਲ੍ਹ ਨੂੰ ਅੰਮ੍ਰਿਤ ਨੇ ਸਾਈਨ ਕਰ ਦਿੱਤੇ ਤਾਂ ਸਮਝੋ ਇਹ ਡਿਵੋਰਸ ਹੋ ਗਿਆ। ਨਾ ਰੋਵੇ ਨਾ ਤਰਲੇ ਜੇ ਪਾ, ਤੇਰੇ ਡਰਾਮਿਆਂ ਤੋਂ ਅੱਕ ਗਿਆ, ਹੁਣ ਨਹੀਂ ਮੈਂ ਆਉਣਾ, ਗੱਲਾਂ ਤੇਰੀਆਂ ਵਿੱਚ ਹੈ ਸੱਚ, ਮੰਨੇ ਤਾਂ ਸੱਚੀ ਥੱਕ ਗਿਆ, ਪਹਿਲੀ ਵਾਰੀ ਨਹੀਂ ਜਦੋਂ ਛੱਡਿਆ ਤੂੰ ਕੱਲੇ, ਭਾਵੇਂ ਤੈਨੂੰ ਮੰਨਦੇ ਸੀ ਸਭ ਦੇ, ਤੇਰੇ ਪੈਰਾਂ ਵਰਗੇ ਵੀ ਨਹੀਂ ਆ, ਤੈਨੂੰ ਤਾਂ ਮੰਨਿਆ ਸੀ ਰੱਬ ਵੇ, ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ, ਤੈਨੂੰ ਤਾਂ ਮੰਨਿਆ ਸੀ ਰੱਬ ਵੇ। ਕਰਦੀ ਸੀ ਪਿਆਰ ਤਾਂ ਹੀ ਸੁਣਦੀ ਰਹੀ, ਤੂੰ ਜਿਸਮਾਂ ਲਈ ਤੋੜਿਆ ਪਿਆਰ ਦੀਆਂ ਤੰਦਾਂ, ਮੈਂ ਕਰਦੀ ਸੀ ਪਿਆਰ ਤਾਂ ਹੀ ਬੁਣਦੀ ਰਹੀ, ਜਿਹੜੇ ਵੇਲੇ ਲੋੜ ਤੇਰੀ ਸੀ ਮੈਨੂੰ, ਤੂੰ ਤੁਰ ਗਿਆ ਸੀ ਉਸ ਵੇਲੇ ਛੱਡ ਕੇ, ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ, ਤੈਨੂੰ ਤਾਂ ਮੰਨਿਆ ਸੀ ਰੱਬ ਦੇ, ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ, ਤੈਨੂੰ ਤਾਂ ਮੰਨਿਆ ਸੀ ਰੱਬ ਦੇ। ਕਿਤੇ ਹੋਰ ਬਸ ਚਿਹਰੇ ਤੋਂ ਬਿਸਤਰ ਤੱਕ ਤੇਰਾ ਸੀ ਪਿਆਰ,
ਅੱਜ ਮੇਰੀ ਥਾਂ ਤੇ ਤੂੰ ਹੋਣਾ ਸੀ ਗਿਲ ਵੇ ਜੇ ਤੇਰੇ ਵਾਂਗੂ ਮੈਂ ਵੀ ਕਰਦੀ ਵਪਾਰ ਤਨੋ ਮਨੋ ਲੁੱਟ ਕੇ ਦਿੱਤਾ ਕੀ ਇਹ ਦੱਸ ਦੇ ਜੇ ਮੈਂ ਚਾਹਿਆ ਸੀ ਹਾਂ ਤੈਨੂੰ ਹੱਥੋਂ ਬਚ ਕੇ ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ ਤੈਨੂੰ ਤਾਂ ਮੰਨਿਆ ਸੀ ਰੱਬ ਵੇ ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ ਤੈਨੂੰ ਤਾਂ ਮੰਨਿਆ ਸੀ ਰੱਬ ਵੇ ਤੇਰੇ ਫਰੇਬਾਂ ਤੋਂ ਜਾ ਲੱਖ ਸੋਨੇ ਦਾ ਬਣ ਜਾ ਯਕੀਨ ਨਹੀਂ ਮੈਨੂੰ ਤੇਰੇ ਪਿੱਛੇ ਲੱਗ ਸਭ ਕੁਝ ਮੈਂ ਗਵਾ ਲਿਆ ਜਾ ਹੁਣ ਜਾਵੇ ਜੀਣ ਦੇ ਮੈਨੂੰ ਮੈਂ ਵੀ ਤੈਨੂੰ ਦਿਲ ਚੋਂ ਹੁਣ ਕੱਢਤਾ ਏ ਪੈਂਪੀ ਜਿਵੇਂ ਅੱਖ ਵਿੱਚੋਂ ਬਾਲ ਸੁੱਟੀ ਦਾ ਕੱਢ ਕੇ ਤੇਰੇ ਪੈਰਾਂ ਵਰਗੇ ਵੀ ਨਹੀਂ ਆ ਤੈਨੂੰ ਤਾਂ ਮੰਨਿਆ ਸੀ ਰੱਬ ਦੇ ਮੰਨਿਆ ਕਿ ਤੇਰੇ ਪੈਰਾਂ ਵਰਗੇ ਵੀ ਨਹੀਂ ਆ ਤੈਨੂੰ ਤਾਂ ਮੰਨਿਆ ਸੀ ਰੱਬ ਦੇ ਤੈਨੂੰ ਮੰਨਿਆ ਰੱਬ ਦੇ ਅੰਮ੍ਰਿਤ ਪੁੱਤਰਾ ਤੇਰਾ ਫੋਨ ਅੰਦਰ ਰਹਿ ਗਿਆ ਸੀ ਪੁੱਤਰ ਮੈਂ ਤੇਰੇ ਨਾਲ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ ਜਦ ਸਾਡਾ ਨਵਾਂ ਨਵਾਂ ਵਿਆਹ ਹੋਇਆ ਮੈਨੂੰ ਬੜਾ ਚਾਅ ਸੀ ਮੈਨੂੰ ਇਹ ਸੀ ਕਿ ਮੈਂ ਤੇਰੀ ਮਾਂ ਨੂੰ ਬੜਾ ਖੁਸ਼ ਰੱਖਾਂ ਮੈਂ ਦਿਨ ਰਾਤ ਕੰਮ ਕਰਨਾ ਮਿਹਨਤ ਕਰਨੀ ਵੀ ਘਰ ਦੀ ਹਰ ਇੱਕ ਚੀਜ਼ ਹਰ ਇੱਕ ਲੋੜ ਪੂਰੀ ਹੋ ਸਕੇ ਮੈਨੂੰ ਜੋ ਠੀਕ ਲੱਗਦਾ ਸੀ ਮੈਂ ਕਰਦਾ ਸੀ ਤੇਰੀ ਮਾਂ ਨੇ ਮੈਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਉਹਨੂੰ ਸਮਝਦਾ ਨਹੀਂ ਸੀ ਫਿਰ ਮੈਨੂੰ ਪਤਾ ਲੱਗਾ ਕਿ ਉਹ ਖੁਸ਼ ਨਹੀਂ ਹੈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਆਪਣੇ ਆਪ ਨੂੰ ਬਦਲਿਆ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਾਡਾ ਪਿਆਰ ਹੋਰ ਵਧਿਆ ਹੁਣ ਵੀ ਪ੍ਰੇਮ ਹੈਗਾ ਅਤੇ ਅਗਾਂਹ ਵੀ ਰਹੂਗਾ ਤੂੰ ਵੀ ਨਿਮਰਤ ਦੇ ਨਾਲ ਫਿਰ ਦੁਬਾਰਾ ਉਹਨੂੰ ਸਮਝ ਉਹਦੀ ਖੁਸ਼ੀਆਂ ਦਾ ਵੀ ਤਾਂ ਖਿਆਲ ਰੱਖ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਆ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਪ੍ਰੇਮ ਦੇ ਨਾਲ ਤਾਂ ਪਰਮਾਤਮਾ ਮਿਲ ਜਾਂਦਾ ਫਿਰ ਇਨਸਾਨ ਤਾਂ ਬੜੀ ਛੋਟੀ ਚੀਜ਼ ਆ ਅੰਮ੍ਰਿਤ ਪੁੱਤਰ ਕਿ ਜਿਹੜੇ ਈਗੋ ਅਹੰਕਾਰ ਗੁੱਸਾ ਇੱਕ ਅੱਗ ਆ ਜਿਹੜਾ ਧੂੰਆਂ ਇੱਥੋਂ ਨਿਕਲਦਾ ਇਸ ਤੋਂ ਕੁਛ ਨਜ਼ਰ ਨਹੀਂ ਆਉਂਦਾ ਦ੍ਰਿਸ਼ਟੀ ਜਿਹੜੀ ਹੈਗੀ ਆ ਉਹ ਹੀਨ ਹੋ ਜਾਂਦੀ ਆ ਬਾਕੀ ਪੁੱਤਰ ਫੈਸਲਾ ਤੇਰਾ ਆਪਣਾ
ਥੈਂਕਸ ਨਿਮਰਤ, ਤੂੰ ਮੈਨੂੰ ਮਿਲਣ ਆਈ। ਮੈਨੂੰ ਤਾਂ ਲੱਗਦਾ ਸੀ ਸ਼ਾਇਦ ਤੂੰ ਮੈਨੂੰ ਮੈਸੇਜ 'ਤੇ ਮਨਾ ਕਰ ਦੇਂਗੀ। ਥੈਂਕਸ ਨਿਮਰਤ। ਮੈਨੂੰ ਨਾ ਹਮੇਸ਼ਾ ਲੱਗਦਾ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਿਹਾ, ਤੇਰੀਆਂ ਹਰ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ। ਸ਼ਾਇਦ ਇਹਨੂੰ ਹੀ ਪਿਆਰ ਕਹਿੰਦੇ ਆ। ਕੰਮ ਕਾਰ 'ਚ ਇੰਨਾ ਬਿਜ਼ੀ ਰਿਹਾ ਕਿ ਕਦੇ ਸੋਚਿਆ ਹੀ ਨਹੀਂ ਦੋ ਘੜੀ ਤੇਰੇ ਨਾਲ ਬੈਠਾਂ, ਤੇਰੇ ਦਿਲ ਦਾ ਹਾਲ ਪੁੱਛਾਂ। ਬਸ 24 ਘੰਟੇ ਕੰਮ ਕੰਮ ਕੰਮ। ਜਦੋਂ ਇਸ ਗੱਲ ਦੀ ਸਮਝ ਆਈ ਤਦ ਤੱਕ ਬਹੁਤ ਲੇਟ ਹੋ ਗਿਆ ਸੀ। ਮੈਂ ਉਹ ਟਾਈਮ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ, ਪਰ ਮੈਂ ਮਾਫ਼ੀ ਜ਼ਰੂਰ ਮੰਗ ਸਕਦਾ। ਅੰਮ੍ਰਿਤ, ਵੈਸੇ ਗਲਤੀ ਆਪਾਂ ਦੋਹਾਂ ਦੀ ਸੀ। ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਗੁੱਸੇ 'ਚ ਬੋਲੇ, ਮੈਂ ਤੁਹਾਨੂੰ ਸਮਝਾਉਣ ਦੀ ਬਜਾਏ ਤੁਹਾਨੂੰ ਅੱਗੋਂ ਗੁੱਸੇ 'ਚ ਬੋਲੀ, ਜਿਵੇਂ ਕੋਈ ਕੰਪੀਟੀਸ਼ਨ ਹੋਵੇ। ਆਈ ਐਮ ਰੀਅਲੀ ਸੋਰੀ ਅੰਮ੍ਰਿਤ। ਸਿਆਣਿਆਂ ਨੇ ਸਹੀ ਕਿਹਾ, ਬੰਦੇ ਦੀ ਅਸਲੀ ਜ਼ਿੰਦਗੀ ਨਾ ਵਿਆਹ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਦੋਂ ਉਹਨੂੰ ਆਪਣੇ ਨਾਲ ਨਾਲ ਨਾ ਆਪਣੇ ਸਾਥੀ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ। ਪਰ ਮੈਂ ਆਪਣੇ ਰਿਸ਼ਤੇ 'ਚ ਫੇਲ ਹੋ ਗਿਆ। ਡਿਵੋਰਸ ਤਾਂ ਸਾਡਾ ਹੋ ਹੀ ਰਿਹਾ, ਪਰ ਮੈਂ ਸੋਚਿਆ ਕਿ ਇੱਕ ਵਾਰੀ ਤੈਨੂੰ ਮਿਲ ਕੇ ਮਾਫ਼ੀ ਮੰਗ ਲਾਂ। ਮੈਨੂੰ ਮਾਫ਼ ਕਰ ਦੇ ਨਿਮਰਤ, ਮੈਂ ਜੋ ਵੀ ਤੇਰੇ ਨਾਲ ਕੀਤਾ। ਅੰਮ੍ਰਿਤ, ਕੀ ਆਪਾਂ ਦੁਬਾਰਾ ਜ਼ਿੰਦਗੀ ਸ਼ੁਰੂ ਕਰ ਸਕਦੇ ਹਾਂ? ਹਾਂ ਬਿਲਕੁਲ ਨਿਮਰਤ, ਮੈਂ ਤੇਰੇ ਨਾਲ ਵਾਅਦਾ ਕਰਦਾ, ਹੁਣ ਤੈਨੂੰ ਕਦੇ ਵੀ ਮੁੜ ਕੇ ਤੰਗ ਨਹੀਂ ਕਰਦਾ, ਬਲਕਿ ਹੁਣ ਤਾਂ ਮੁੜ ਕੇ ਨਾ ਤੈਨੂੰ ਹੀ ਦੇਖਿਆ ਕਰੂੰ। ਇਸ਼ਕ ਬੁਝਾਰ ਤਾਂ ਬੁਝਿਆ ਨਾ ਜਾਣ ਸਾਥੋਂ, ਇਸ਼ਕ ਬੁਝਾਰ